ਸੁਰਤ ਪਰਮਾਤਮਾ ਦੇ ਮਾਰਗ 'ਤੇ ਨਹੀਂ ਚੱਲਦੀ, ਸਰੀਰ ਅਤੇ ਕਬਰ ਦੇ ਮਾਰਗ 'ਤੇ ਜਾ ਰਿਹਾ। ਸੁਰਤ ਭਗਵਾਨ ਦੇ ਮਾਰਗ 'ਤੇ ਨਹੀਂ ਚੱਲਦੀ, ਸਰੀਰ ਅਤੇ ਸ਼ਮਸ਼ਾਨ ਦੇ ਮਾਰਗ 'ਤੇ ਜਾ ਹੀ ਰਿਹਾ, ਜਾ ਹੀ ਰਿਹਾ। ਅੰਦਾਜ਼ਾ ਲਾ ਕੇ ਕੁਝ ਸਿਆਣੇ ਪੁਰਸ਼ ਦੱਸਦੇ ਨੇ, ਅਨੁਭਵੀ, ਸੁਰਤ ਪ੍ਰਭੂ ਦੇ ਮਾਰਗ 'ਤੇ ਚੱਲੇ, ਪਹਿਲਾ ਕਾਰਨ ਤਾਂ ਹੋ ਸਕਦਾ ਉਸਦੇ ਕੋਈ ਪਿਛਲੇ ਸੰਸਕਾਰ ਸਨ, ਪਿਛਲੇ ਜਨਮ। ਜੈਸੇ ਕਬੀਰ, ਜੈਸੇ ਰਵਿਦਾਸ, ਪਿਛਲੇ ਸੰਸਕਾਰ ਸਨ, ਜਾਂ ਕੁਛ ਹੋਰ ਮੌਜੂਦਾ ਦੌਰ ਵਿੱਚ ਪਿਛਲੇ ਸੰਸਕਾਰਾਂ ਨੇ ਪ੍ਰੇਰਿਆ, ਕੀਤਾ ਹੋਇਆ ਕਰਮ ਮਨ ਨਾਲ ਜੋ ਜੁੜ ਕੇ ਕੀਤਾ ਜਾਂਦਾ ਹੈ, ਸੰਸਕਾਰ ਬਣਦੇ ਨੇ। ਸਰੀਰ ਦੇ ਨਾਸ ਆਉਂਦਿਆਂ ਸੰਸਕਾਰ ਨਾਸ ਨਹੀਂ ਹੁੰਦੇ, ਅੱਗੇ ਜਾਂਦੇ, ਉਹ ਅੱਗੇ ਜਾਂਦੇ। ਕੋਈ ਪੂਰਵਲੇ ਸੰਸਕਾਰ ਹੋਣਗੇ ਧਾਰਮਿਕ ਪਰਮਾਤਮਾ ਦੇ, ਉਸ ਜਨਮ ਵਿੱਚ ਉਹ ਇਤਨੇ ਸੰਸਕਾਰਾਂ ਦਾ ਸੰਗ੍ਰਹਿ ਨਹੀਂ ਕਰ ਸਕਿਆ ਹੋਵੇਗਾ ਕਿ ਨਿਰੰਕਾਰ ਤੱਕ ਪਹੁੰਚ ਜਾਂਦਾ। ਵੈਸੇ ਇਹ ਜੀਵਨ ਕਾਫੀ ਹੈ ਪਰਮਾਤਮਾ ਤੱਕ ਪਹੁੰਚਣ ਵਾਸਤੇ, ਤੇ ਜੀਵਨ ਤੇ ਬਹੁਤ ਲੰਬਾ ਜੀਵਦਾ ਹੈ, 50 ਸਾਲ, 60 ਸਾਲ, 70, 80, 90, 100, ਇਸ ਤੋਂ ਵੀ ਜ਼ਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਸੁਰਤ ਪਰਮਾਤਮਾ ਤੱਕ ਸਿਰਫ 1 ਸੈਕਿੰਡ ਵਿੱਚ ਪਹੁੰਚਦੀ, 1 ਸੈਕਿੰਡ ਚਾਹੀਦਾ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਇੱਕ ਛਿਣ, ਇੱਕ ਛਣ, 1 ਸੈਕਿੰਡ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਉਹ ਕਾਲ ਦੀ ਫਾਸੀ ਤੋਂ, ਜਨਮ ਮਰਨ ਦੀ ਫਾਸੀ ਤੋਂ, ਸਮੇਂ ਦੀ ਫਾਸੀ ਤੋਂ ਨਿਕਲ ਜਾਂਦਾ। ਜਿਹੜਾ ਕੰਮ 1 ਸੈਕਿੰਡ ਵਿੱਚ ਹੋ ਸਕਦਾ ਹੈ, ਕਈ ਜਨਮ ਲੱਗ ਜਾਂਦੇ, ਕਈ ਜਨਮ 1 ਸੈਕਿੰਡ ਵਿੱਚ ਹੋ ਸਕਦਾ। ਕਿਸੇ ਦੀ ਸੁਰਤ ਚਲੀ ਹੋਵੇਗੀ, ਕੋਈ ਪੂਰਬਲੇ ਸੰਸਕਾਰ ਤਾਂ ਚਲੀ ਹੋਵੇ। ਕਹਿੰਦੇ ਨੇ 99% ਮਨੁੱਖਾਂ ਦੀ ਸੁਰਤ ਪਰਮਾਤਮਾ ਦੇ ਮਾਰਗ 'ਤੇ ਚੱਲਦੀ ਏ, ਦੁੱਖ ਦੀ ਚੋਟ ਖਾ ਕੇ, ਕੋਈ ਸਤਸੰਗ ਕਰਕੇ ਨਹੀਂ ਚੱਲਦੇ। ਸਤਸੰਗ ਤੇ ਹੋ ਰਿਹਾ, ਬਥੇਰੀ ਥਾਵਾਂ ਤੇ ਹੋ ਰਿਹਾ, ਕੋਈ ਦੁੱਖ ਦੀ ਚੋਟ ਏ ਚੱਲਣ 'ਤੇ ਮਜਬੂਰ ਕਰਦੀ ਏ। ਕਿਹੜੀ ਦੁੱਖ ਦੀ ਚੋਟ? ਜਦ ਮਨੁੱਖ ਸੰਸਾਰ ਵਿੱਚ ਬਿਲਕੁਲ ਬੇਆਸਰਾ ਹੋ ਜਾਏ, ਉਸ ਵਕਤ ਸਿਵਾਏ ਈਸ਼ਵਰ ਤੋਂ ਕੋਈ ਹੋਰ ਆਸਰਾ ਰਹਿੰਦਾ ਹੀ ਨਹੀਂ। ਇਸ ਵਾਸਤੇ ਕਹਿੰਦੇ ਨੇ ਆਸਰਿਆਂ ਦਾ ਆਸਰਾ। ਦੁੱਖ ਦੀ ਚੋਟ ਖਾ ਕੇ 99% ਮਨੁੱਖ ਚੱਲਦੇ ਨੇ। ਜਦ ਕੋਈ ਜ਼ਿੰਦਗੀ ਦਾ ਐਸਾ ਮਸਲਾ ਪਰਿਵਾਰ ਦੇ ਮੈਂਬਰ ਨਹੀਂ ਸੁਲਝਾ ਸਕਦੇ, ਮਿੱਤਰ ਦੋਸਤ ਨਹੀਂ ਸੁਲਝਾ ਸਕਦੇ,
ਆਪਣੀ ਸਮਰੱਥਾ ਤੇ ਬੁੱਧ ਕੰਮ ਨਹੀਂ ਕਰਦੀ। ਉਦੋਂ ਫਿਰ ਮਨੁੱਖ ਕਹਿੰਦਾ, ਹੇ ਪ੍ਰਭੂ ਹੁਣ ਤੂੰ ਹੀ ਕਰ, ਤੂੰ ਕਰ। 99% ਮਨੁੱਖ ਦੁੱਖ ਦੀ ਚੋਟ ਖਾ ਕੇ ਚੱਲ ਦੇਣ, ਕੋਈ ਇੱਕ ਅੱਧ ਪੂਰਬਲੇ ਸੰਸਕਾਰਾਂ ਕਰ, ਪੂਰਬਲੇ ਸੰਸਕਾਰਾਂ ਕਰ। ਸੁਰਤ ਕਿੱਥੇ ਤੱਕ ਪਹੁੰਚੀ ਹੈ, ਕਿਹੜੀ ਥਾਂ ਤੱਕ ਪਹੁੰਚੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੜਾਉ ਦੱਸੇ ਨੇ, ਯਾਤਰਾ ਤੇ ਅੰਧੇਰੇ ਤੋਂ ਸ਼ੁਰੂ ਕਰਨੀ ਪੈਗੀ, ਦੁੱਖ ਦੀ ਚੋਟ ਖਾਦੀ ਹੈ, ਚੱਲਿਆ ਪ੍ਰਭੂ ਦੇ ਮਾਰਗ ਤੇ, ਨਾ ਪਰਮਾਤਮਾ ਦੀ ਸਮਝ ਨਾ ਮਾਰਗ ਦੀ ਸਮਝ। ਇਤਨਾ ਖਿਆਲ ਹੈ ਪਰਮਾਤਮਾ ਕੀ ਹੈ, ਪਰਮਾਤਮਾ ਕੌਣ ਹੈ, ਪਰਮਾਤਮਾ ਕਿੱਥੇ ਹੈ, ਪਰਮਾਤਮਾ ਕੁਛ ਵੀ ਸਮਝ ਨਹੀਂ। ਯਾਤਰਾ ਅੰਧੇਰੇ 'ਚ ਸ਼ੁਰੂ ਹੁੰਦੀ, ਉਂਝ ਅੰਧੇਰੇ 'ਚ ਭਟਕਣਾ ਆਉਂਦਾ ਹੈ, ਚੱਲਣਾ ਨਹੀਂ ਆਉਂਦਾ। ਜਦੋਂ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਕੀ ਚੱਲਣਾ? ਪਰ ਈਸ਼ਵਰ ਦੇ ਮਾਰਗ 'ਤੇ ਪਹਿਲੇ ਮਨੁੱਖ ਜਦ ਚੱਲਦਾ ਹੈ ਅਗਿਆਨ ਵੱਸ ਹੋ ਕੇ, ਸਮਝ ਤੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਦੁੱਖ ਨੇ ਚੋਟ ਕੀਤੀ ਹੈ, ਚੱਲ ਪਿਆ। ਇਸ ਵਾਸਤੇ ਵਾਹਿਦ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕਹਿੰਦੇ ਨੇ, ਦੁੱਖ ਵੀ ਇੱਕ ਦਾਰੂ ਹੈ, ਦੁੱਖ ਦਾਰੂ ਸੁਖ ਰੋਗ ਭਇਆ। ਇਹ ਪਹਿਲਾ ਅਵਤਾਰੀ ਪੁਰਸ਼ ਕਹਿੰਦਾ ਇਸ ਢੰਗ ਦਾ ਬੋਲ। ਜਦ ਸੁੱਖ ਰੋਗ ਬਣ ਜਾਣ, ਸੁੱਖ ਆਯਾਸ਼ ਬਣਾ ਦੇਣ, ਸੁੱਖ ਬਦਮਾਸ਼ ਬਣਾ ਦੇਣ, ਸੁੱਖ ਆਲਸੀ ਬਣਾ ਦੇਣ, ਸੁੱਖ ਹੰਕਾਰੀ ਬਣਾ ਦੇਣ, ਸੁੱਖ ਵਿਕਾਰੀ ਬਣਾ ਦੇਣ, ਐਸਾ ਮਨੁੱਖ ਦੁੱਖ ਦੀ ਚੋਟ ਖਾਦੇ ਬਿਨਾਂ ਸੱਚ ਦੇ ਮਾਰਗ 'ਤੇ ਨਹੀਂ ਚੱਲ ਸਕਦਾ, ਨਹੀਂ ਚੱਲ ਸਕਦਾ। ਇਹਨੂੰ ਦੁੱਖ ਥੋੜ੍ਹਾ ਜਗਾਵੇਗਾ, ਫਿਰ ਸਤਸੰਗ ਦਾ ਸਹਾਰਾ ਮਿਲ ਜਾਏਗਾ, ਗੁਰੂਆਂ ਅਵਤਾਰਾਂ ਦੀ ਬਾਣੀ ਦਾ ਸਹਾਰਾ ਮਿਲੇਗਾ। ਐਸਾ ਮਨੁੱਖ ਵਾਕਈ ਜੇ ਉਸਦੀ ਸੁਰਤ ਚੱਲ ਪਈ ਹੈ, ਧਿਆਨ ਚੱਲ ਪਿਆ, ਸਮਝ ਚੱਲ ਪਈ ਹੈ, ਸਾਰੇ ਸੰਗ੍ਰਹਿ ਨੂੰ ਇੱਕ ਸ਼ਬਦ ਵਿੱਚ ਬਿਆਨ ਕਰੀਏ, ਸੁਰਤ। ਸੁਰਤ ਸਮਝ ਵੀ ਹੈ, ਸੁਰਤ ਸੁਣਨਾ ਵੀ ਹੈ। ਚੱਲ ਪਈ ਸੁਰਤ, ਧਿਆਨ ਚੱਲ ਪਿਆ, ਸਮਝ ਚੱਲ ਪਈ। ਅਗਰ ਚੱਲ ਪਈ ਹੈ ਤਾਂ ਫਿਰ ਦੂਸਰੇ ਪੜਾਅ 'ਤੇ ਪਹੁੰਚ ਜਾਏਗੀ, ਗਿਆਨ ਖੰਡ। ਇੱਥੇ ਬਿਸਮਾਦ ਜ਼ਰੂਰ ਹੋਵੇਗਾ, ਹੈਰਾਨ ਵੀ ਜ਼ਰੂਰ ਹੋਵੇਗਾ, ਵੀ ਮੈਂ ਜਦ ਚੱਲਿਆ ਸੀ ਤਾਂ ਜੋ ਪਰਮਾਤਮਾ ਸਮਝਦਾ ਸੀ ਉਹ ਨਹੀਂ ਹੈ, ਇਹ ਤਾਂ ਖੇਡ ਕੁਝ ਹੋਰ। ਗਿਆਨ ਖੰਡੀ ਲਈ ਪਰਮਾਤਮਾ ਕੋਈ ਵਿਅਕਤੀ ਨਹੀਂ ਰਹਿ ਜਾਂਦਾ, ਸ਼ਕਤੀ ਹੋ ਜਾਂਦਾ, ਕਿਉਂਕਿ ਵਿਅਕਤੀ ਦੀ ਸੀਮਾ ਹੈ, ਵਿਅਕਤੀ ਜੰਮਦਾ ਹੈ, ਵਿਅਕਤੀ ਮਰਦਾ ਹੈ, ਵਿਅਕਤੀ ਦਾ ਰੰਗ ਹੈ, ਵਿਅਕਤੀ ਦਾ ਰੂਪ ਹੈ, ਵਿਅਕਤੀ ਦੀ ਆਪਣੀ ਉਮਰ ਹੈ,
ਉਹ ਕੁਝ ਸਮਾਂ ਪਹਿਲੇ ਨਹੀਂ ਸੀ, ਕੁਝ ਸਮਾਂ ਬਾਅਦ ਨਹੀਂ ਹੋਵੇਗਾ। ਈਸ਼ਵਰ ਬਾਰੇ ਅਸੀਂ ਐਸਾ ਨਹੀਂ ਕਹਿ ਸਕਦੇ ਈਸ਼ਵਰ ਹੋਇਆ ਸੀ ਜਾਂ ਹੋਵੇਗਾ, ਉਹ ਤੇ ਅਨਾਦੀ ਹੈ। ਗਿਆਨ ਖੰਡੀ ਲਈ ਈਸ਼ਵਰ ਕੋਈ ਵਿਅਕਤੀ ਨਹੀਂ ਰਹਿ ਜਾਂਦਾ। ਅਗਰ ਉਹਦੀ ਧਿਆਨ ਸਾਧਨਾ ਜਾਰੀ ਰਹੀ, ਜਬ ਤੱਕ ਜਾਰੀ ਰਿਹਾ, ਪੜਾਅ ਦੇ ਵਿੱਚ ਮਨੁੱਖ ਵਾਪਸ ਵੀ ਹੋ ਸਕਦਾ, ਕਿਉਂਕਿ ਰਸਤਾ ਇਹ ਪਹਾੜੀ ਹੈ, ਦੋਵੇਂ ਪਾਸੇ ਖੱਡਣਾ। ਸਾਵਧਾਨੀ ਨਾ ਵਰਤੀ ਤਾਂ ਕਿਧਰੇ ਗਿਰੇਗਾ ਵੀ ਸੀ, ਐਸਾ ਧਾਰਮਿਕ ਜਗਤ ਵਿੱਚ ਦੇਖਿਆ ਜਾਂਦਾ। ਤੀਸਰੇ ਪੜਾਅ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਹੈ ਸਰਮ ਖੰਡ। ਦਿਸ ਪਈਏ ਸ਼ਿਖਰ, ਮਾਊਂਟ ਐਵਰੈਸਟ ਦਿਸ ਪਈ, ਗੌਰੀ ਸ਼ੰਕਰ ਹਿਮਾਲਿਆ ਦੀ ਬੁਲੰਦ ਚੋਟੀ ਦਿਸ ਪਈ। ਪਰ ਸਿਰਫ ਦਿਸੀ ਹੈ, ਪਹੁੰਚਿਆ ਕੋਈ ਨਹੀਂ। ਹੁਣ ਪਹੁੰਚਣ ਵਾਸਤੇ ਮਿਹਨਤ। ਸ਼ਰਮ ਲਫ਼ਜ਼ ਉਰਦੂ ਫਾਰਸੀ ਦਾ ਹੈ ਅਤੇ ਇਹਦੇ ਅਰਥ ਨੇ ਹਯਾ, ਸ਼ਰਮ। ਪਰ ਸ਼ਰਮਦਾਨ, ਸ਼ਰਮ ਦੇ ਅਰਥ ਸੰਸਕ੍ਰਿਤ ਵਿੱਚ ਮਿਹਨਤ, ਮਿਹਨਤ। ਸਰਮ ਖੰਡ ਕੀ ਬਾਣੀ ਰੂਪ, ਇਹ ਬੜੀ ਮਿਹਨਤ ਦਾ ਖੰਡ ਹੈ। ਇੱਥੇ ਬਹੁਤ ਮਿਹਨਤ ਕਰਨੀ, ਮਾਨਸਿਕ ਮਿਹਨਤ, ਸਰੀਰਕ ਨਹੀਂ। ਕਾਸ਼ ਸਰੀਰਕ ਮਿਹਨਤ ਦੇ ਨਾਲ ਪਰਮਾਤਮਾ ਮਿਲਦਾ ਤੇ ਮਨੁੱਖ ਬਹੁਤ ਵੱਡੀ ਤੋਂ ਵੱਡੀ ਮਿਹਨਤ ਕਰਦਾ ਔਰ ਕਰ ਸਕਦਾ। ਇਹ ਮਾਨਸਿਕ ਮਿਹਨਤ ਹੈ, ਮਨ ਦੀ ਮਿਹਨਤ ਹੈ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਗਾੜਤ ਘੜੀਏ ਬਹੁਤ ਅਨੂ, ਤਾਂਕੀਆਂ ਗਲਾਂ ਕਥਿਆ ਨਾ ਜਾਏ, ਜੇ ਕੋ ਕਹੇ ਪਛੇ ਪਛਤਾਏ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਪੱਥਰ ਨੂੰ ਮੂਰਤੀਮਾਨ ਹਰ ਮਨੁੱਖ ਨਹੀਂ ਕਰ ਸਕਦਾ, ਕੋਈ ਸੰਗਤਰਾਸ਼ ਹੀ ਕਰਦਾ। ਸੋਨੇ ਨੂੰ ਗਹਿਣਾ, ਗਹਿਣੇ ਦੀ ਸ਼ਕਲ ਹਰ ਮਨੁੱਖ ਨਹੀਂ ਦੇ ਸਕਦਾ, ਕੋਈ ਕਲਾਕਾਰ ਹੀ ਦੇ ਸਕਦਾ। ਹੈ ਤੇ ਇੱਕ ਪੱਥਰ, ਪਰ ਉਸ ਪੱਥਰ ਵਿੱਚ ਕ੍ਰਿਸ਼ਨ ਦੀ ਮੂਰਤੀ ਵੀ ਛੁਪੀ ਹੋਈ ਹੈ, ਰਾਮ ਦੀ ਵੀ ਹੈ, ਮਹਾਤਮਾ ਬੁੱਧ ਦੀ ਵੀ। ਗੁਸਤਾਖੀ ਮਾਫ, ਉਸ ਪੱਥਰ ਦੇ ਸ਼ੈਤਾਨ ਦੀ ਮੂਰਤੀ ਵੀ। ਇਸਲਾਮੀ ਜਗਤ ਦੇ ਜਿਹੜੇ ਹੱਜ ਕਰਨ ਜਾਂਦੇ ਨੇ ਨਾ, ਤੇ ਹੱਜ ਦੀ ਸੰਪੂਰਨਤਾ ਤਾਂ ਮੰਨਦੇ ਨੇ ਸ਼ੈਤਾਨ ਨੂੰ ਪੱਥਰ ਮਾਰ ਕੇ ਆਓ, ਸ਼ੈਤਾਨ ਦੀ ਮੂਰਤੀ ਬਣਾਈ ਹੋਈ ਹੈ। ਕਿਉਂਕਿ ਇਸਲਾਮ ਕਹਿੰਦਾ ਅਸੀਂ ਮੂਰਤੀ ਦੇ ਪੁਜਾਰੀ ਨਹੀਂ ਆ, ਭਗਵਾਨ ਦੀ ਮੂਰਤੀ ਤੇ ਹੋ ਨਹੀਂ ਸਕਦੀ, ਪਰ ਸ਼ੈਤਾਨ ਦੀ ਬਣਾਈ ਹੈ। ਮੂਰਤੀ ਤੋਂ ਛੁਟਕਾਰਾ ਉਹਨਾਂ ਦਾ ਵੀ ਨਹੀਂ ਹੋਇਆ, ਪੱਥਰ ਮਾਰ ਦੇ ਸ਼ੈਤਾਨ ਨੂੰ ਹੀ ਸਹੀ, ਪਰ ਮਾਰ ਦੇ ਪੱਥਰ ਮਾਰ ਕੇ ਹੀ ਆਉਂਦੇ ਨੇ ਸਾਰੇ, ਤਾਂ ਉਹਨਾਂ ਦੀ ਹੱਜ ਸੰਪੂਰਨ ਆਉਂਦੀ। ਪੱਥਰ ਇਹਦੇ ਚੋਂ ਮਨੁੱਖ ਕੀ ਪ੍ਰਗਟ ਕਰਨਾ ਚਾਹੁੰਦਾ ਹੈ? ਪ੍ਰਗਟ ਕਰੇਗਾ ਕੋਈ ਕਲਾਕਾਰ, ਸੰਗਤਰਾਸ਼।
ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਇੱਕ ਸੰਗਤਰਾਸ਼ ਮੈਨੂੰ ਯਾਦ ਆ ਜਾਂਦਾ। ਇੰਦੌਰ ਦੇ ਨੇੜੇ ਮਹੂ ਦੇ ਸਵਰਗ ਮੰਦਰ ਹੈ। ਉਸ ਮੰਦਰ ਦੇ ਸਰਵਧਰਮ ਸੰਮੇਲਨ ਹੋਇਆ ਸੀ, ਦਾਸ ਨੇ ਹਾਜ਼ਰੀ ਭਰੀ ਸੀ। ਉਸ ਮੰਦਰ ਵਿੱਚ ਕਰੀਬਨ ਕਰੀਬਨ ਭਾਰਤ ਦੇ ਜਿਤਨੇ ਵੱਡੇ ਵੱਡੇ ਸੰਤ ਅਵਤਾਰ ਹੋਏ ਨੇ ਸਭ ਦੀਆਂ ਮੂਰਤੀਆਂ ਰੱਖੀਆਂ ਨੇ, ਉਹਨੂੰ ਸਵਰਗ ਮੰਦਰ ਕਹਿੰਦੇ। ਉੱਥੋਂ ਦਾ ਸੰਚਾਲਕ ਇੱਕ ਮਹਾਂਪੁਰਸ਼ ਹੈ, ਸੰਤ ਸੀ ਉਦੋਂ, ਪੁਰਾਣੀ ਗੱਲ ਮੈਂ ਕਰਦਾ ਪਿਆ। ਉਹਦਾ ਮਹਾਤਮਾ ਬੁੱਧ ਵਿੱਚ ਬੜਾ ਵਿਸ਼ਵਾਸ ਅਤੇ ਸ਼ਰਧਾ ਸੀ। ਉਹ ਕੋਈ 40 ਫੁੱਟ ਦੀ ਉੱਚੀ ਮੂਰਤੀ ਮਹਾਤਮਾ ਬੁੱਧ ਦੀ ਬਣਵਾ ਰਿਹਾ ਸੀ ਇੱਕ ਸੰਗਤ ਰਾਜ ਤੋਂ। ਸੰਗਤ ਰਾਜ ਬਾਰੇ ਵੀ ਪਤਾ ਚੱਲਿਆ, ਜੈਪੁਰ ਤੋਂ ਗਏ ਸੰਚਾਰ 5 ਕਾਰੀਗਰ ਔਰ ਉਹਨਾਂ ਨੇ ਵਾਅਦਾ ਕੀਤਾ ਸੀ 2 ਸਾਲਾਂ 'ਚ ਬਣਾ ਦਿਆਂਗੇ। ਮੂਰਤੀ ਜਦ 15 ਸਾਲਾਂ 'ਚ ਵੀ ਨਾ ਬਣੇ, ਮੰਦਰ ਦੇ ਟਰੱਸਟੀ ਅਤੇ ਉਹ ਸੰਤ ਬੜਾ ਔਖਾ ਹੋਇਆ ਸੰਗਤ ਰਾਜ 'ਤੇ। ਪਿੱਤੋਂ ਕਿਹਾ ਸੀ 2 ਸਾਲਾਂ 'ਚ ਬਣਾ ਦਿਆਂਗੇ, ਹੁਣ ਤਾਂ 15 ਸਾਲ ਹੋ ਗਏ। ਉਸਨੇ ਮਹਾਤਮਾ ਬੁੱਧ ਦਾ ਮਸਤਕ ਬਣਾ ਦਿੱਤਾ, ਚਿਹਰਾ ਬਣਾ ਦਿੱਤਾ, ਬਾਹਾਂ ਬਣਾ ਦਿੱਤੀਆਂ, ਗੋਡਿਆਂ ਤੱਕ ਮੂਰਤੀ ਬਣਾ ਦਿੱਤੀ ਸੀ। ਅੱਗੋਂ ਚਰਨ ਨਹੀਂ ਬਣਾਏ, ਰੋਜ਼ ਬੈਠਦਾ ਸੀ ਹਥੌੜਾ ਲੈ ਕੇ, ਚਹਿਣੇ ਲੈ ਕੇ, ਬਸ 5-7 ਘੰਟੇ ਬੈਠ ਕੇ ਆ ਜਾਂਦਾ ਸੀ। ਕਿਉਂਕਿ ਦਿਹਾੜੀ ਮਿਲਦੀ ਸੀ ਉਸਨੂੰ। ਤੂੰ ਸੰਤ ਇੱਕ ਦਿਨ ਔਖਾ ਹੋ ਗਿਆ, ਤੂੰ ਜਾਣ ਬੁੱਝ ਕੇ ਐਸਾ ਕਰਨਾ, ਲਮਕਾ ਰਿਹਾ, ਪੈਸੇ ਲਈ ਜਾਂਦਾ। ਉਹ ਸੰਗਤ ਰਾਜ ਕਹਿਣ ਲੱਗਾ, ਅੱਜ ਤੱਕ ਜਿਤਨਾ ਦਿੱਤਾ ਮੈਂ ਸਾਰਾ ਵਾਪਸ ਕਰ ਦੇਣਾ, ਉਹ ਮੇਰੇ ਕੋਲ ਲੈ ਲਓ। ਜਿਸ ਦਿਨ ਪੈਰ ਬਣਨਗੇ ਉਸ ਦਿਨ ਹੀ ਬਣਾਵਾਂ। ਆਖਿਰ ਸੰਤ ਨੇ ਹਲੇਮੀ ਨਾਲ ਪੁੱਛ ਲਿਆ, ਗੱਲ ਕੀ ਹੈ? ਤੂੰ ਥੋੜ੍ਹੇ ਮਹੀਨਿਆਂ 'ਚ ਹੀ ਬਣਾ ਦਿੱਤਾ ਸਾਰਾ ਢਾਂਚਾ ਮਹਾਤਮਾ ਬੁੱਧ ਦਾ, ਚਰਨ ਨਹੀਂ ਬਣਾਏ, ਕਈ ਸਾਲਾਂ ਤੋਂ ਬੈਠਿਆਂ ਨਹੀਂ ਪੂਰੇ ਕੀਤੇ। ਉਸਨੇ ਰੋਂਦਿਆਂ ਹੋਇਆਂ ਆਖਿਆ, ਜਿਨ੍ਹਾਂ ਚਰਨਾਂ 'ਤੇ ਰੋਜ਼ ਹਜ਼ਾਰਾਂ ਮਨੁੱਖਾਂ ਨੇ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆ ਰਹੇ, ਮੇਰੀ ਕਲਪਨਾ ਵਿੱਚ ਨਹੀਂ ਆ ਰਹੇ। ਜਦ ਆ ਹੀ ਨਹੀਂ ਰਹੇ ਮੇਰੀ ਕਲਪਨਾ 'ਚ, ਤਾਂ ਮੈਂ ਬਣਾਵਾਂ ਕੀ ਬਣਾਵਾਂ? ਪੱਥਰ ਦੇ ਚਰਨ ਬਣਾਉਣੇ ਨੇ ਮਹਾਤਮਾ ਬੁੱਧ ਦੇ, ਕਈ ਸਾਲ ਲੱਗ ਗਏ ਉਸਨੂੰ। ਮਨੁੱਖ ਨੇ ਪੂਰੇ ਦਾ ਪੂਰਾ ਆਪਣਾ ਜੀਵਨ ਪਰਮਾਤਮਾ ਦਾ ਬਣਾਉਣਾ, ਘੜਨਾ, ਤਿੱਥੇ ਗੜੀਏ ਸੁਰਤ ਮਤ ਮਨ ਬੁੱਧ, ਖੁਦ ਨੂੰ ਘੜਨਾ, ਪੱਥਰ ਨੂੰ ਨਹੀਂ ਘੜਨਾ। ਭਾਵੇਂ ਪੱਥਰ ਨੂੰ ਘੜਨ ਵਾਲਾ ਵੀ ਕਲਾਕਾਰ ਹੈ, ਪਰ ਮਹਾਨ ਕਲਾਕਾਰ ਹੈ ਜੋ ਆਪਣੇ ਆਪ ਨੂੰ ਘੜਦਾ, ਖੁਦ ਨੂੰ ਘੜਦਾ। ਕਿਸ ਨਾਲ ਘੜਦਾ ਹੈ? ਗੁਰੂ ਦੇ ਸ਼ਬਦ ਨਾਲ ਘੜਦਾ, ਗੁਰੂ ਦੀ ਬਾਣੀ ਨਾਲ ਘੜਦਾ।
ਉਹ ਪਾਠ ਆਪਣਾ ਹਿਰਦਾ ਜੋੜ ਕੇ ਕਰਦਾ ਹੈ, ਕੱਢਦਾ ਹੈ ਆਪਣੇ ਮਨ ਨੂੰ ਤਿੱਥੇ ਗੜੀਏ ਸੁਰਤ ਮਤ ਮਨ ਬੁੱਧ ਆਪਣੇ ਚਤੁਸ਼ਟਾ ਅੰਤਾ ਕਰਨ ਨੂੰ ਕੱਢਦਾ ਹੈ। ਘੜੇ ਹੋਏ ਮਨ ਦੀ ਇਹ ਪਹਿਚਾਣ ਹੋਵੇਗੀ, ਸ਼ੁਭ ਵਿਚਾਰ ਚੱਲਣਗੇ, ਗਲਤ ਨਹੀਂ ਚੱਲਣਗੇ, ਸਹੀ ਸੋਚਣੀ ਚੱਲੇਗੀ, ਗਲਤ ਨਹੀਂ ਚੱਲੇਗੀ, ਸਹੀ ਚਿੰਤਨ ਚੱਲੇਗਾ। ਅਗਰ ਯਾਦਾਂ ਗਲਤ ਚੱਲ ਰਹੀਆਂ ਨੇ, ਵਿਚਾਰ ਗਲਤ ਚੱਲ ਰਹੇ ਨੇ, ਸੋਚਣੀ ਗਲਤ ਚੱਲ ਰਹੀ ਹੈ, ਫੁਰਨੇ ਗਲਤ ਚੱਲ ਰਹੇ ਨੇ, ਸਮਝ ਲੈਣਾ ਅਣਘੜਾ ਪੱਥਰ ਹੈ, ਅਣਘੜਿਆ ਮਨ ਹੈ, ਘੜਿਆ ਹੋਇਆ ਨਹੀਂ। ਹਰ ਉਸ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਇਹ ਮਨ ਘੜਿਆ ਹੋਇਆ ਨਹੀਂ ਹੈ। ਅਗਰ ਭਾਰਤ ਦੇ ਪ੍ਰਾਚੀਨ ਸੰਤਾਂ ਨੇ ਕਹਿ ਦਿੱਤਾ ਅਹਮ ਬ੍ਰਹਮਸਮੇ, ਗਲਤ ਨਹੀਂ ਆਖਿਆ, ਘੜ ਕੇ ਉਹ ਬ੍ਰਹਮ ਹੋ ਗਏ, ਬ੍ਰਹਮ ਹੋ ਗਏ, ਐਸਾ ਘੜੇ ਆਪਣੇ ਆਪ ਨੂੰ। ਘੜਨਾ ਹੈ ਵਿਚਾਰਾਂ ਨੂੰ, ਘੜਨਾ ਹੈ ਸੋਚਣੀ ਨੂੰ, ਘੜਨਾ ਹੈ ਯਾਦਾਂ ਨੂੰ, ਚਿੰਤਨ ਦੇ ਬਦਲਦਿਆਂ, ਯਾਦਾਂ ਦੇ ਬਦਲਦਿਆਂ, ਸੋਚਣੀ ਦੇ ਬਦਲਦਿਆਂ, ਵਿਚਾਰ ਦੇ ਬਦਲਦਿਆਂ ਮਨੁੱਖ ਦਾ ਸਾਰਾ ਸੰਸਾਰ ਬਦਲ ਜਾਂਦਾ। ਵਿਚਾਰ ਗਲਤ ਨੇ ਤਾਂ ਤੱਕਣੇ ਵੀ ਗਲਤ, ਉਹਨੂੰ ਕਹਿੰਦੇ ਨੇ ਦੋਖ ਦ੍ਰਿਸ਼ਟ, ਦੇਖਣਾ ਵੀ ਦੋਖ, ਬੋਲ ਵੀ ਕੁਬੋਲ ਹੋਣਗੇ, ਦ੍ਰਿਸ਼ਟੀ ਵੀ ਦੋਖ ਦ੍ਰਿਸ਼ਟ ਹੋਵੇਗੀ। ਦੋਖ ਦ੍ਰਿਸ਼ ਦਾ ਮਤਲਬ ਹਰ ਇੱਕ 'ਚ ਦੋਖ ਦੇਖਣਾ, ਹਰ ਇੱਕ 'ਚ ਔਗਣ ਦੇਖਣਾ। ਜੈਸੇ ਕੀੜੀ ਬਾਰੇ ਕਹਿੰਦੇ ਦੀਵਾਰ 'ਚ ਦੇਖਦੀ ਹੈ ਸੁਰਾਖ ਕਿੱਥੇ ਨੇ, ਬਸ ਕਈਆਂ ਦੀ ਇਹ ਗਿਰਤੀ ਹੁੰਦੀ ਹੈ। ਦੋਖ ਦ੍ਰਿਸ਼ਟ ਵੇਖੀ ਇਸ ਦੇ 'ਚ, ਅਗਰ ਦ੍ਰਿਸ਼ਟ ਦੋਖ ਹੈ, ਇਸ ਮਨੁੱਖ ਦੇ ਵਿਚਾਰ ਠੀਕ ਨਹੀਂ ਨੇ, ਸੋਚਣੀ ਵੀ ਠੀਕ ਨਹੀਂ ਹੈ, ਚਿੰਤਨ ਵੀ ਠੀਕ ਨਹੀਂ, ਹਰ ਇੱਕ 'ਚ ਦੋਖ ਦੇਖਦਾ। ਦ੍ਰਿਸ਼ਟ ਦੇ ਬਦਲਦਿਆਂ ਹੀ ਸੰਸਾਰ ਬਦਲਦਾ ਹੈ। ਇਹੀ ਅੱਖਾਂ ਭਗਤਾਂ ਕੋਲ ਆਉਂਦੀਆਂ, ਸਾਡੇ ਕੋਲ ਵੀ ਇਹ ਤੱਕਣੀ ਬਦਲ ਜਾਂਦੀ ਹੈ। ਜਿਸ ਬਹਾਦਰ ਸਿੰਘ ਜੀ ਦਾ ਜ਼ਿਕਰ ਕਰ ਰਹੇ ਸਨ ਸ਼ੁਗਲ ਜੀ, ਉਹਨਾਂ ਦੀ ਤੱਕਣੀ ਬਦਲ ਗਈ, ਸਭ ਬ੍ਰਹਮ ਦਿਖਾਈ ਦਿੰਦਾ, ਈਸ਼ਵਰ ਦਿਖਾਈ ਦਿੰਦਾ, ਅੱਖਾਂ 'ਤੇ ਹੀ ਨੇ। ਵਿਚਾਰ ਬਦਲ ਗਏ, ਵਿਚਾਰ ਸ਼ੁਭ ਹੋ ਗਈ ਤਾਂ ਦ੍ਰਿਸ਼ਟ ਸ਼ੁਭ ਹੋ ਗਈ। ਸ਼ੁਭ ਦ੍ਰਿਸ਼ਟ ਦੋਖ ਦ੍ਰਿਸ਼ਟ, ਸ਼ੁਭ ਦ੍ਰਿਸ਼ਟ ਹਰ ਇੱਕ ਦੇ 'ਚ ਸ਼ੁਭ ਦੇਖਦੀ ਹੈ। ਜੈਸੇ ਮੈਂ ਇੱਕ ਉਦਾਹਰਣ ਦਿਆਂ, ਇੱਕ ਮਿੱਤਰ ਹੈ, ਦੋਸਤ ਹੈ, ਜਾਨ ਤੋਂ ਵੀ ਪਿਆਰਾ ਹੈ, ਹੁਣ ਉਸ ਵਿੱਚ ਸਭ ਕੁਝ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ, ਚੰਗਾ ਹੀ ਦਿਖਾਈ ਦਿੰਦਾ। ਇਹਦਾ ਇਹ ਮਤਲਬ ਨਹੀਂ ਕਿ ਉਹਦੇ 'ਚ ਅਸ਼ੁਭ ਨਹੀਂ ਹੈ, ਹੈ, ਪਰ ਦ੍ਰਿਸ਼ਟੀ ਸ਼ੁਭ ਹੈ, ਸ਼ੁਭ ਦ੍ਰਿਸ਼ਟ। ਤਾਂ ਸ਼ੁਭ ਦ੍ਰਿਸ਼ਟ ਆਪਣੇ ਮਿੱਤਰ ਵਿੱਚ ਸ਼ੁਭ ਹੀ ਦੇਖਦੀ ਹੈ, ਇਹ ਗੱਲ ਵੱਖਰੀ ਹੈ। ਐਸਾ ਕੋਈ ਮਨੁੱਖ ਨਹੀਂ ਜਿਹਦੇ ਕੋਲ ਔਗਣ ਨਾ ਆਉਣ, ਐਸਾ ਕੋਈ ਮਨੁੱਖ ਨਹੀਂ ਜਿਹਦੇ ਕੋਲ ਗੁਣ ਨਾ ਆਉਣ। ਬੜੇ ਤੋਂ ਬੜੇ ਸੰਤ ਕੋਲ ਵੀ ਗੁਸਤਾਖੀ ਮਾਫ ਕੁਛ ਨਾ ਕੁਛ ਖਾਮੀਆਂ ਹੋਣਗੀਆਂ, ਭੁੱਲਣ ਅੰਦਰ ਸਭ ਕੋ। ਵੱਡੇ ਤੋਂ ਵੱਡੇ ਡਾਕੂ ਕੋਲ ਵੀ ਕੋਈ ਨਾ ਕੋਈ ਗੁਣ ਹੋਵੇਗਾ,
ਭਾਵੇਂ ਥੋੜ੍ਹੇ ਹੀ ਸਹੀ ਗੁਣ ਹੋਣਗੇ। ਸ਼ੁਭ ਦ੍ਰਿਸ਼ਟ ਚੂੰਕਿ ਮਿੱਤਰ ਹੈ ਤਾਂ ਦ੍ਰਿਸ਼ਟੀ ਸ਼ੁਭ ਹੈ, ਉਸ ਵਿੱਚ ਸਭ ਕੁਝ ਸ਼ੁਭ ਦਿਖਾਈ ਦਿੰਦਾ। ਕੱਲ੍ਹ ਉਸ ਨਾਲ ਝਗੜਾ ਹੋ ਗਿਆ, ਦੋਸਤੀ ਦੁਸ਼ਮਣੀ ਦੇ ਚ ਬਦਲ ਗਈ, ਮਿੱਤਰਤਾ ਦੁਸ਼ਮਣੀ ਦੇ ਚ ਬਦਲ ਗਈ, ਦ੍ਰਿਸ਼ਟੀ ਦੋਖ ਹੋ ਗਈ। ਹੁਣ ਉਸ ਵਿੱਚ ਔਗਣ ਹੀ ਔਗਣ ਦਿਖਾਈ ਦਿੰਦੇ ਨੇ, ਕੋਈ ਵੀ ਗੁਣ ਨਹੀਂ। ਇਹਦਾ ਇਹ ਮਤਲਬ ਨਹੀਂ ਉਹਦੇ 'ਚ ਕੋਈ ਗੁਣ ਨਹੀਂ, ਪਰ ਹੁਣ ਕੀਤਾ ਕੀ ਜਾਏ, ਦ੍ਰਿਸ਼ਟ ਦੋਖ ਹੋ ਗਈ ਹੈ, ਹੁਣ ਔਗਣ ਹੀ ਔਗਣ ਦਿਖਾਈ ਦਿੰਦੇ। ਅਤੇ ਜੇ ਔਗਣ ਦਿਖਾਈ ਦਿੰਦੇ ਤਾਂ ਸਾਂਝ ਕਰਨੀ ਬੜੀ ਔਖੀ, ਔਗਣਾਂ ਨਾਲ ਕੌਣ ਸਾਂਝ ਕਰੇ। ਕੱਲ੍ਹ ਤੱਕ ਸ਼ੁਭ ਹੀ ਸ਼ੁਭ ਦਿਖਾਈ ਦਿੰਦਾ ਸੀ, ਜਿਸ ਨੂੰ ਅਸੀਂ ਸੰਤ ਅਤੇ ਭਗਤ ਕਹਿੰਦੇ ਹਾਂ ਉਹ ਸਾਰਿਆਂ ਵਿੱਚ ਹੀ ਸ਼ੁਭ ਦੇਖਦਾ ਹੈ, ਇਸ ਵਾਸਤੇ ਸਾਰੇ ਹੀ ਉਸਦੇ ਮਿੱਤਰ ਹੁੰਦੇ ਨੇ। ਜਿਸ ਨੂੰ ਅਸੀਂ ਸੰਸਾਰੀ ਜਾਂ ਦੋਖ ਦ੍ਰਿਸ਼ ਦਾ ਮਾਲਕ ਕਹਿੰਦੇ ਹਾਂ ਉਹ ਸਾਰਿਆਂ ਵਿੱਚ ਹੀ ਔਗਣ ਦੇਖਦਾ ਹੈ, ਇਸ ਵਾਸਤੇ ਸਾਰੇ ਹੀ ਬੇਗਾਨੇ ਨੇ, ਸਾਰੇ ਹੀ ਦੁਸ਼ਮਣ ਨੇ, ਸਭ ਓਪਰੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਸਭ ਕੋ ਉਮੀਦ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜ, ਸਭ ਮੇਰੇ ਮਿੱਤਰ ਨੇ, ਸ਼ੁਭ ਦ੍ਰਿਸ਼ਟ ਹੈ। ਇਸ ਤੀਸਰੇ ਪੜਾਅ ਵਿੱਚ ਸ਼ਬਦ ਦੇ ਜਪ ਨਾਲ, ਮੰਤਰ ਦੇ ਜਪ ਨਾਲ ਮਨੁੱਖ ਆਪਣੇ ਮਨ ਨੂੰ ਗੜਦਾ। ਕਿੱਥੇ ਘੜੀਏ ਸੁਰਤ ਮਤ ਮਨ ਬੁੱਧ, ਪਰ ਸਾਹਿਬ ਕਹਿੰਦੇ ਨੇ ਇਹ ਗੱਲ ਨਾ ਬੜੀ ਔਖੀ ਹੈ। ਸ਼ਰਮ ਖੰਡ ਕਿਹਾ, ਬੜਾ ਮਿਹਨਤ ਦਾ ਖੰਡ। ਹਜ਼ਾਰਾਂ ਅਭਿਆਸੀਆਂ ਨੇ ਮੈਨੂੰ ਕਿਹਾ ਭਾਈ ਵਾਹਿਗੁਰੂ ਵਾਹਿਗੁਰੂ ਜਪਣ ਲੱਗਦਿਆਂ ਪਤਾ ਨਹੀਂ ਮਾੜੇ ਖਿਆਲ ਕਿੱਥੋਂ ਆ ਜਾਂਦੇ, ਗੁਟਕਾ ਹੱਥ ਦੇ ਚ ਆਉਂਦਾ, ਪੜਦੇ ਬਾਣੀ ਆ, ਪਤਾ ਨਹੀਂ ਮਾੜੇ ਖਿਆਲ ਕਿਧਰੋਂ ਆ ਜਾਂਦੇ ਨੇ, ਕਿਧਰੋਂ ਵੀ ਨਹੀਂ ਆਉਂਦੇ, ਅੰਦਰ ਚੱਲ ਰਹੇ ਆਉਂਦੇ ਨੇ ਪਹਿਲੇ ਦੇ, ਅੱਗੇ ਪਿੱਛੇ ਅਸੀਂ ਆਪਣੇ ਆਪ ਤੋਂ ਦੂਰ ਆਉਂਦੇ ਹਾਂ, ਹਰ ਵਕਤ ਦੂਰ, ਪਤਾ ਹੀ ਨਹੀਂ ਚੱਲਦਾ ਅੰਦਰ ਕੀ ਚੱਲ ਰਿਹਾ। ਜਦ ਹੱਥ ਦੇ 'ਚ ਗੁਟਕਾ ਆ ਜਾਂਦਾ ਜਾਂ ਜਪ ਕਰਦੇ ਹਾਂ ਜ਼ਰਾ ਨੇੜੇ ਆਉਂਦੇ ਹਾਂ, ਅਤੇ ਜਿਉਂ ਆਪਣੇ ਨੇੜੇ ਆਉਂਦੇ ਹਾਂ ਅਤੇ ਫਿਰ ਪਤਾ ਚੱਲਦਾ ਲੈ ਤਾਂ ਬੜਾ ਅਨਰਥ ਚੱਲ ਰਿਹਾ ਅੰਦਰ। ਜਿਸ ਮਨੁੱਖ ਨੂੰ ਐਸਾ ਦਿਖਾਈ ਦੇਵੇ ਕਮ ਸੇ ਕਮ ਆਪਣੇ ਨੇੜੇ ਆਇਆ। ਇੱਕ ਬਹੁਤ ਵੱਡੀ ਸੱਚਾਈ, ਔਰ ਪਹਿਲੇ ਔਗਣ ਹੀ ਦਿਖਾਈ ਦੇਣਗੇ, ਗੁਣ ਨਹੀਂ ਦਿਖਾਈ ਦੇਣ, ਆਪਣੇ ਨੇੜੇ ਆਉਂਦਿਆਂ ਉੱਪਰ ਉੱਪਰ ਔਗਣ ਹੀ ਨੇ, ਮਨ ਦੇ 'ਚ ਸਤਾ ਦੇ 'ਚ ਤਹਿ ਦੇ 'ਚ ਗੁਣ ਨੇ। ਐਸਾ ਉਸ ਨੂੰ ਪ੍ਰਤੀਤ ਹੋਵੇਗਾ ਆਪਣੇ ਨੇੜੇ ਆਇਆ, ਆਪਣੇ ਨੇੜੇ, ਬਿਨਾਂ ਧਾਰਮਿਕ ਸਾਧਨਾ ਤੋਂ ਬਿਨਾਂ ਜਪ ਤੋਂ ਮਨੁੱਖ ਆਪਣੇ ਨੇੜੇ ਨਹੀਂ ਆ ਸਕਦਾ। ਇਸ ਵਾਸਤੇ ਮੈਂ ਬਿਆਨ ਕਰਦਾ ਹੁੰਦਾ, ਇੱਕ ਮਨੁੱਖ ਆਪਣੇ ਮਿੱਤਰ ਦੇ ਜਿਤਨਾ ਨੇੜੇ ਆਪਣੇ ਨੇੜੇ ਨਹੀਂ ਹੈ, ਪਤਨੀ ਦੇ ਜਿਤਨਾ ਨੇੜੇ ਆਪਣੇ ਨੇੜੇ ਨਹੀਂ ਹੈ, ਔਰ ਇੱਕ ਪਤਨੀ ਪਤੀ ਦੇ ਜਿਤਨੇ ਨੇੜੇ ਆਪਣੇ ਨੇੜੇ ਨਹੀਂ। ਪਤੀ ਦਾ ਸਭ ਕੁਝ ਉਸਨੂੰ ਪਤਾ ਹੈ, ਆਪਣਾ ਕੱਖ ਵੀ ਨਹੀਂ ਪਤਾ। ਪਤਨੀ ਦੇ ਸਾਰੇ ਗੁਣ ਔਗੁਣ ਤੋਂ
ਜਾਣੂ ਹੈ, ਆਪਣਾ ਕੱਖ ਵੀ ਨਹੀਂ ਪਤਾ। ਇੱਕ ਮਨੁੱਖ ਇੱਕ ਪੁੱਤਰ ਦੇ ਜਿਤਨਾ ਨੇੜੇ ਹੈ ਆਪਣੇ ਨੇੜੇ ਨਹੀਂ ਹੈ। ਬਗੌਰ ਮੁਤਾਲਾ ਕਰਨਾ, ਧਰਮ ਦੀ ਸਾਧਨਾ ਆਪਣੇ ਨੇੜੇ ਆਉਣਾ। ਅਤੇ ਜਦ ਮਨੁੱਖ ਨੇੜੇ ਆਉਂਦਾ ਹੈ ਤਾਂ ਸਿਵਾਏ ਬੁਰੇ ਤੋਂ ਹੋਰ ਕੁਛ ਵੀ ਨਹੀਂ ਦਿਖਾਈ ਦਿੰਦਾ। ਕਬੀਰ ਜੈਸਾ ਮਹਾਨ ਸੰਤ ਕਹਿ ਉੱਠਿਆ, ਕਬੀਰ ਸਭ ਤੇ ਹਮ ਬੁਰੇ। ਇਹ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਦਾ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਮੈਨੂੰ ਛੋੜ ਕੇ ਸਭ ਭਲੇ ਨੇ, ਸਭ ਚੰਗੇ। ਅਤੇ ਜੇ ਇਸ ਨੂੰ ਸੱਚ ਮੰਨ ਲਈਏ ਬਈ ਕਬੀਰ ਸਭ ਤੋਂ ਬੁਰਾ ਹੈ, ਇਹਦੀ ਬਾਣੀ ਪੜ੍ਹਨ ਦੀ ਲੋੜ ਕੀ, ਇਹਦਾ ਸਤਿਕਾਰ ਕਰਨ ਦੀ ਕੀ ਲੋੜ ਹੈ? ਸਭ ਤੋਂ ਬੁਰਾ ਆਪ ਕਹਿ ਰਹੇ, ਕਬੀਰ ਸਭ ਤੇ ਹਮ ਬੁਰੇ। ਅਤੇ ਜੇ ਕਹੀਏ ਨਹੀਂ, ਕਹਿ ਰਿਹਾ ਹੈ ਨਹੀਂ ਐਸਾ, ਤਾਂ ਫਿਰ ਕਬੀਰ ਤੇ ਦੂਸਰਾ ਇਲਜ਼ਾਮ ਲੱਗਦਾ, ਝੂਠ ਬੋਲ ਰਿਹਾ, ਝੂਠ ਬੋਲ ਰਿਹਾ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇ, ਫਿਰ ਝੂਠ ਬੋਲ ਰਿਹਾ। ਕਬੀਰ ਸਭ ਤੇ ਹਮ ਬੁਰੇ, ਐਵੇਂ ਕਪੋਲ ਕਲਪਨਾ ਝੂਠ ਬਿਆਨੀ ਕਰ ਰਿਹਾ, ਗਲਤ ਬਿਆਨੀ। ਅਤੇ ਜੇ ਕਹੀਏ ਨਹੀਂ ਠੀਕ ਕਹਿ ਰਿਹਾ ਬੁਰਾ ਹੈ, ਤਾਂ ਫਿਰ ਇਹਨੂੰ ਮੱਥਾ ਟੇਕਣ ਦੀ ਕੀ ਲੋੜ, ਇਹਦੀ ਬਾਣੀ ਪੜ੍ਹਨ ਦੀ ਕੀ ਲੋੜ, ਇਹਦਾ ਸਤਿਕਾਰ ਕਰਨ ਦੀ ਕੀ ਲੋੜ? ਸਿਆਣੇ ਹੋ ਤੁਸੀਂ, ਸਤਸੰਗੀ ਹੋ। ਕਬੀਰ ਸਭ ਤੇ ਹਮ ਬੁਰੇ, ਚਲੋ ਕਬੀਰ ਤੇਰੀ ਇਹ ਗੱਲ ਮੰਨ ਲੈਂਦੇ ਹਾਂ, ਅਤੇ ਫਿਰ ਬੁਰੇ ਨੂੰ ਸੰਤ ਆਖਣ ਦੀ ਕੀ ਲੋੜ ਹੈ? ਬੁਰੇ ਨਾਲ ਕਿਉਂ ਜੁੜੀ ਹੈ? ਅਤੇ ਜੇ ਸਮਝੀਏ ਨਹੀਂ ਕਹਿ ਰਿਹਾ, ਤਾਂ ਕਬੀਰ ਤੇ ਗਲਤ ਬਿਆਨੀ ਕਰਨ ਦਾ ਦੋਸ਼ ਆਏਦ ਆਉਂਦਾ, ਝੂਠ ਬੋਲਦਾ, ਗਲਤ ਬਿਆਨੀ ਕਰਦਾ। ਤਾਂ ਮੈਂ ਅਰਜ਼ ਕਰਾਂ, ਕਬੀਰ ਠੀਕ ਕਹਿ ਰਿਹਾ। ਤਾਂ ਕਬੀਰ ਬੁਰਾ ਹੈ ਨਹੀਂ ਹੈ, ਇਸਦੇ ਇਹ ਅਰਥ ਨਹੀਂ ਬਣਨਗੇ। ਕਬੀਰ ਜੈਸੇ ਪੁਰਸ਼ ਜਦ ਸਰਵ ਖੰਡ ਵਿੱਚ ਪਹੁੰਚਦੇ ਨੇ, ਮਿਹਨਤ ਦਾ ਖੰਡ, ਉਹ ਦੂਜੇ ਨੂੰ ਵੇਖਦੇ ਨੇ ਉੱਪਰੋਂ ਉੱਪਰੋਂ, ਗਹਿਰਾ ਨਹੀਂ ਵੇਖਦੇ। ਅਤੇ ਉੱਪਰੋਂ ਉੱਪਰੋਂ ਤਾਂ ਹਰ ਬੰਦਾ ਸ਼ਰੀਫ ਹੈ, ਉੱਪਰੋਂ ਉੱਪਰੋਂ ਤਾਂ ਹਰ ਬੰਦਾ ਸਤਸੰਗੀ ਹੈ, ਬੈਠੇ ਨੇ ਸਤਸੰਗ, ਉੱਪਰੋਂ ਤਾਂ ਹਰ ਇੱਕ ਮਨੁੱਖ ਸ਼ਰੀਫ ਹੈ। ਕਬੀਰ ਜੈਸਾ ਸੰਤ ਦੁਨੀਆ ਨੂੰ ਉੱਪਰੋਂ ਉੱਪਰੋਂ ਦੇਖਦਾ, ਸਭ ਸਹੀ ਦਿਖਾਈ ਦਿੰਦਾ, ਆਪਣੇ ਨੂੰ ਬੜਾ ਗਹਿਰਾ ਦੇਖਦਾ, ਬਹੁਤ ਗਹਿਰਾ ਦੇਖਦਾ। ਕਈ ਜਨਮਾਂ ਦੇ ਔਗਣ ਦਿਖਾਈ ਦਿੰਦੇ, ਕਈ ਜਨਮਾਂ ਦੀਆਂ ਕਮਜ਼ੋਰੀਆਂ ਦਿਖਾਈ ਦਿੰਦੇ, ਆਪਣੇ ਨੇੜੇ ਆਉਂਦਾ। ਜੋ ਆਪਣੇ ਨੇੜੇ ਆ ਗਿਆ ਸਾਧੂ ਹੈ, ਜੋ ਆਪਣੇ ਨੇੜੇ ਆਇਆ ਉਹੀ ਪਰਮਾਤਮਾ ਦੇ ਨੇੜੇ ਜਾਂਦਾ, ਜੋ ਆਪਣੇ ਤੋਂ ਦੂਰ ਹੈ ਪਰਮਾਤਮਾ ਤੋਂ ਵੀ ਦੂਰ ਹੈ। ਇਹ ਵੀ ਮੈਂ ਅਰਜ਼ ਕਰਦਾ, ਬੁਨਿਆਦੀ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਯਾਨੀ ਜੋ ਇਸ ਮਾਰਗ ਦੀ ਤੁਹਾਨੂੰ ਲੋੜ ਪੈ ਸਕਦੀ। ਜੋ ਆਪਣੇ ਤੋਂ ਦੂਰ ਹੈ ਪਰਮਾਤਮਾ ਤੋਂ ਵੀ ਦੂਰ ਹੈ, ਜੋ ਆਪਣੇ ਨੇੜੇ ਆਇਆ ਕੁਛ ਨਾ ਕੁਛ ਤੇ ਰੱਬ ਦੇ ਨੇੜੇ ਆਇਆ, ਆਪਣੇ ਨੇੜੇ ਆਇਆ ਔਗਣਾਂ ਦੇ ਨੇੜੇ ਆਇਆ, ਤੇ ਜੇ ਔਗਣਾਂ ਦੇ ਨੇੜੇ ਆਇਆ ਤਾਂ ਗੁਣਾਂ ਦੇ ਨੇੜੇ ਵੀ ਚਲਾ ਜਾਏਗਾ। ਜੋ ਆਪਣੇ ਨੇੜੇ ਨਹੀਂ ਆਇਆ ਉਹਨੂੰ ਆਪਣੇ ਔਗਣ ਨਹੀਂ ਦਿਖਾਈ ਦਿੰਦੇ, ਕਤਾ ਹੀ ਨਹੀਂ, ਦੂਜਿਆਂ ਦੇ ਦਿਖਾਈ ਦਿੰਦੇ ਨੇ, ਕਿਉਂਕਿ ਦੂਜਿਆਂ ਨੂੰ ਗਹਿਰਾ ਦੇਖਦਾ, ਆਪਣੇ ਨੂੰ ਤਾਂ ਉੱਪਰੋਂ ਉੱਪਰੋਂ ਦੇਖਦਾ, ਉੱਪਰੋਂ ਉੱਪਰੋਂ।
ਜਿਸ ਨੂੰ ਆਪਣੇ ਵਿੱਚ ਔਗਣ ਦਿਖਾਈ ਦੇਣ ਲੱਗ ਪਏ ਕੁਝ ਕਮਜ਼ੋਰੀਆਂ, ਬਾਬਾ ਫਰੀਦ ਕਹਿੰਦੇ ਨੇ ਮੁਝ ਔਗੁਣ ਸਹਿ ਨਾ ਹੀ ਦੋਸ, ਕੈਸੇ ਮਨ ਮੈਂ ਕੀਆ ਰੋਸ। 25-26 ਸਾਲ ਹੋ ਗਏ ਸਨ ਸਾਧਨਾ ਕਰਦਿਆਂ ਫਰੀਦ ਨੂੰ। ਪੁੱਛ ਲਿਆ ਉਹਨਾਂ ਦੇ ਮਿੱਤਰ ਸੁਲਤਾਨ ਨੇ, ਬਈ ਗੱਲ ਕੀ ਹੈ, ਤੂੰ ਅਜੇ ਵੀ ਸਮਾਧੀ ਲੀਨ ਨਹੀਂ ਹੋਇਆ। ਸਮਾਧੀ ਨੂੰ ਉਹ ਹਲੂਲ ਕਹਿੰਦੇ ਨੇ, ਬਈ ਅਜੇ ਵੀ ਹਲੂਲ ਵਿੱਚ ਤੂੰ ਨਹੀਂ ਗਿਆ, ਅਜੇ ਵੀ ਬਿਸਮਾਦ ਦਾ ਰੰਗ ਤੇਰੇ 'ਤੇ ਨਹੀਂ ਚੜਿਆ। 26 ਸਾਲ ਹੋ ਗਏ, ਕਿਧਰੇ ਤੇਰੇ 'ਤੇ ਖੁਦਾ ਨਾਰਾਜ਼ ਤੇ ਨਹੀਂ ਢੰਗ ਆਪਣਾ ਕਹਿਣ? ਕਹਿੰਦਾ ਨਹੀਂ, ਖੁਦਾ ਨਾਰਾਜ਼ ਨਹੀਂ ਹੈ, ਫਿਰ ਤੈਨੂੰ ਕਿਉਂ ਨਹੀਂ ਮਿਲਿਆ? ਤੈਸੇ ਮਨ ਮੈਂ ਕੀਆ ਰੋਸ, ਕਿਆ ਉਸ ਪਰਮਾਤਮਾ ਨੇ ਕੁਝ ਰੋਸ ਕੀਤਾ, ਤੇਰੇ 'ਤੇ ਨਾਰਾਜ਼ ਹੈ? ਕਹਿੰਦੇ ਨੇ ਨਹੀਂ, ਮੁਝ ਔਗੁਣ ਸਹਿ ਨਾ ਹੀ, ਮੇਰੇ 'ਚ ਹੀ ਕੋਈ ਕਮਜ਼ੋਰੀ, ਮੈਂ ਹੀ ਆਪਣੀ ਅੱਖਾਂ ਨਹੀਂ ਖੋਲਦਾ, ਸੂਰਜ 'ਤੇ ਉੱਗਿਆ ਹੋਇਆ, ਅੱਖਾਂ ਬੰਦ ਕਰ ਦੇਈਏ ਕੋਈ ਰੋਸ਼ਨੀ ਨਹੀਂ। ਸ਼ਰਮ ਖੰਡ ਮਿਹਨਤ ਦਾ ਖੰਡ ਹੈ, ਬੜੀ ਕਰੜੀ ਮਿਹਨਤ ਕਰਨੀ ਹੁੰਦੀ। ਅਭਿਆਸੀ ਕਹਿੰਦੇ ਨੇ 90% ਮਨੁੱਖ ਇੱਥੋਂ ਮੁੜ ਜਾਂਦੇ ਨੇ, ਬਈ ਇਹ ਨਹੀਂ ਆਉਣਾ, ਇਹ ਖਪਾਉਣਾ ਸਾਥੋਂ ਨਹੀਂ ਆਉਣਾ। ਜਪਣ ਲੱਗਿਆ ਪਰਮਾਤਮਾ ਦਾ ਨਾਮ ਦਿਖਾਈ ਦਿੰਦੇ ਨੇ ਆਪਣੇ ਔਗਣ। ਮੈਂ ਫਿਰ ਅਰਜ਼ ਕਰਾਂ, ਜਿਹਨੂੰ ਵੀ ਦਿਖਾਈ ਦਿੰਦੇ ਨੇ ਆਪਣੇ ਨੇੜੇ ਆਇਆ, ਜਿਹਨੂੰ ਆਪਣੇ ਵਿੱਚ ਗੁਣੇ ਗੁਣ ਦਿਖਾਈ ਦਿੰਦੇ ਨੇ, ਜੇ ਉੱਪਰ ਉੱਪਰ ਹੀ ਹੈ, ਕੁਛ ਵੀ ਨਹੀਂ। ਦੂਜਿਆਂ ਨੂੰ ਮਨੁੱਖ ਗਹਿਰਾ ਦੇਖਦਾ ਹੈ, ਦੂਜਿਆਂ ਦੀ ਤਾਂ 7 ਪੀੜ੍ਹੀਆਂ ਬੰਦਾ ਦੇਖਦਾ, ਇਹਦਾ ਪਿਓ ਇੰਝ ਹੁੰਦਾ ਸੀ ਜੀ, ਇਹਦਾ ਦਾਦਾ ਇੰਝ ਹੁੰਦਾ ਸੀ, ਇਸਦਾ ਪਰਦਾਦਾ ਇੰਝ ਹੁੰਦਾ ਸੀ। ਇਲੈਕਸ਼ਨ ਦੇ ਦਿਨਾਂ 'ਚ ਮੈਂ ਦੇਖਦਾ ਲੋਕ ਕਬਰਾਂ ਦੇ 'ਚ ਮੁਰਦੇ ਕੱਢਦੇ ਨੇ। 7 ਪੀੜ੍ਹੀਆਂ ਨੂੰ ਗਾਲਾਂ ਕਢਵਾਉਣੀਆਂ, ਉਹਨਾਂ 'ਤੇ ਇਲੈਕਸ਼ਨ ਲੜੇ ਕੋਈ? ਇਤਨਾ ਦੂਜਿਆਂ ਦੇ ਗਹਿਰੇ ਜਾਂਦੇ ਨੇ, ਆਪਣੇ ਨੂੰ ਉੱਪਰ ਉੱਪਰ ਵੇਖਦੇ ਨੇ। ਸਰਮਖੰਡੀ ਮਨੁੱਖ ਜਦ ਆਪਣੇ ਨੇੜੇ ਆਉਂਦਾ ਹੈ ਤਾਂ ਕਮਜ਼ੋਰੀਆਂ ਦਿਖਾਈ ਦੇਂਦੀਆਂ ਨੇ, ਫਿਰ ਉਹ ਗੜਦਾ ਹੈ, ਆਪਣੇ ਆਪ ਨੂੰ ਗੜਦਾ ਹੈ। ਤਿੱਥੇ ਗੜੀਏ ਸੁਰਤ ਮਤ ਮਨ ਬੁੱਧ। ਬੁਰੇ ਤੋਂ ਬੁਰੇ ਮਨੁੱਖ ਨੂੰ ਵੀ ਬੁਰਾਈ ਦਿਖਾਈ ਨਹੀਂ ਦਿੰਦੀ, ਇਹ ਵੀ ਮੈਂ ਅਰਜ਼ ਕਰਨਾ। ਕਈ ਦਫ਼ਾ ਬੁਰੇ ਤੋਂ ਬੁਰਾ ਮਨੁੱਖ ਜੋ ਆਪਣੇ ਤੋਂ ਦੂਰ ਹੈ, ਬੁਰਾ ਕਰਕੇ ਬੜਾ ਖੁਸ਼ ਹੋਵੇਗਾ, ਜੇਬ ਕਤਰੇ ਬੜੇ ਖੁਸ਼ ਹੋ ਜਾਂਦੇ ਨੇ ਜਦ ਕਿਸੇ ਦੀ ਜੇਬ ਕੱਟ ਕੇ ਲਿਆਉਂਦੇ ਨੇ, ਲੱਡੂ ਵੰਡਦੇ ਨੇ, ਅੱਜ ਕਾਮਯਾਬ ਹੋ ਗਏ, ਗੱਲ ਬਣ ਗਈ। ਡਾਕਾ ਡਾਲਣ ਦੇ ਜਦ ਡਾਕੂ ਸਫਲ ਹੋ ਜਾਂਦਾ, ਕੋਈ ਪਛਤਾਪ ਕਰਦਾ, ਨੱਚਦੇ ਨੇ ਟੱਪਦੇ ਨੇ, ਅੱਜ ਗੱਲ ਬਣ ਗਈ, ਖੇਡ ਬਣ ਗਈ। ਆਪਣੇ ਤੋਂ ਦੂਰ ਨੇ, ਬਹੁਤ ਦੂਰ ਨੇ। ਧਰਮ ਦੀ ਸਾਧਨਾ ਜਪ ਤਪ ਦੁਆਰਾ ਜਦ ਮਨੁੱਖ ਆਪਣੇ ਨੇੜੇ ਆਉਂਦਾ, ਆਪਣੀ ਅਸਲੀਅਤ ਦਾ ਪਤਾ ਚੱਲਦਾ, ਖੇਡ 'ਤੇ ਕੁਛ ਹੋਰ ਹੈ, ਔਖ ਹੈ। ਪਰ ਜੇ ਜਪ ਜਾਰੀ ਰਹਿ, ਔਗੁਣ ਤਾਂ ਮਿਟਦੇ ਜਾ ਰਹੇ ਨੇ, ਗਲਤ ਵਿਚਾਰ ਮਿਟਦੇ ਜਾ ਰਹੇ ਨੇ, ਗਲਤ ਸੋਚਣੀ ਵੀ ਮਿਟ ਨਾ ਸੋਚ। ਮੈਂ ਅਰਜ਼ ਕਰਾਂ, ਬੁਰਾ ਸੋਚਣਾ ਮਾਨਸਿਕ ਕਰਮ ਹੈ ਅਤੇ ਬੁਰਾ ਕਰਨਾ ਸਰੀਰਕ ਕਰਮ ਹੈ। ਪਰਮਾਤਮਾ ਮਾਨਸਿਕ ਕਰਮ ਦਾ ਹੀ ਫਲ ਦਿੰਦਾ ਹੈ, ਸਮਾਜ ਅਤੇ ਕਾਨੂੰਨ
ਸਰੀਰਕ ਕਰਮ ਦਾ ਫਲ ਦਿੰਦਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਸਮਾਜ ਤੇ ਕਾਨੂੰਨ ਦੇਖਦਾ ਮੈਂ ਕੀਤਾ ਕੀ ਹੈ, ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ। ਉਹ ਕ੍ਰਿਤ ਨਹੀਂ ਦੇਖਦਾ, ਨੀਅਤ ਦੇਖਦਾ। ਉਹ ਸਰੀਰਕ ਕਰਨੀ ਨਹੀਂ ਦੇਖਦਾ, ਸੋਚਣੀ ਦੇਖਦਾ। ਅਗਰ ਸੋਚਣੀ ਬੁਰੀ ਹੈ ਤਾਂ ਮਾਨਸਿਕ ਕਰਮ ਤੇ ਹੋ ਗਿਆ, ਬੁਰਾ ਤੇ ਹੋ ਗਿਆ, ਮਨ ਮੈਲਾ ਹੋ ਗਿਆ। ਸਵੇਰੇ ਗਿਆਨੀ ਸਾਹਿਬ ਸਿੰਘ ਜੀ ਕਹਿ ਰਹੇ ਸਨ, ਮਨ ਮੈਲੇ ਸਭ ਕਿਛ ਮੈਲਾ, ਤਨ ਦੋਤੇ ਮਨ ਹੱਚਾ ਨ। ਮਨ ਮੈਲਾ, ਇਸ ਬੰਦੇ ਦੀ ਸੇਵਾ ਵੀ ਮੈਲੀ। ਮਨ ਮੈਲਾ, ਇਸ ਬੰਦੇ ਦਾ ਦਾਨ ਪੁੰਨ ਵੀ ਮੈਲਾ। ਮਨ ਜੋ ਮੈਲਾ, ਬੁਰਾ ਸੋਚਦਾ ਪਿਆ ਤੇ ਉਂਝ ਸੇਵਾ ਕਰਦਾ ਪਿਆ, ਬੁਰੇ ਵਿਚਾਰ ਪਏ ਚੱਲਦੇ ਨੇ ਉਂਝ ਪੁੰਨ ਦਾਨ ਪਿਆ ਕਰਦਾ। ਮਨ ਮੈਲੇ ਸਭ ਕੁਛ ਮੈਲਾ, ਇਹਦਾ ਤੀਰਥਾਂ ਤੇ ਜਾਣਾ ਵੀ ਮੈਲਾ। ਬੁਰਾ ਸੋਚਦਾ ਪਿਆ ਗਿਆ ਤੀਰਥਾਂ ਤੇ, ਇਹਦਾ ਸਤਸੰਗ ਕੀਤਾ ਹੋਇਆ ਵੀ ਕੁਸੰਗਤ ਹੈ, ਕਿਉਂਕਿ ਬੈਠਾ ਸਤਸੰਗ ਦੇ ਚ ਸੋਚਦਾ ਬੁਰਾ। ਤਨ ਸਤਸੰਗ ਕਰ ਰਿਹਾ, ਮਨ ਦੇ ਤਲ ਤੇ ਕੁਸੰਗਤ ਚੱਲ ਰਹੀ। ਇੱਕੋ ਹੀ ਸਮੇਂ ਇਹ ਦੋ ਵਿਪਰੀਤ ਦਿਸ਼ਾਵਾਂ ਮਨੁੱਖ ਦੀਆਂ ਬਣੀਆਂ ਰਹਿੰਦੀ। ਇੱਥੇ ਗੜੀਏ ਸੁਰਤ ਮਤ ਮਨ ਬੁੱਧ, ਇੱਥੇ ਮਨੁੱਖ ਘੜਦਾ ਆਪਣੇ ਵਿਚਾਰਾਂ ਨੂੰ, ਆਪਣੀ ਸੋਚਣੀ ਨੂੰ, ਆਪਣੀਆਂ ਯਾਦਾਂ ਨੂੰ। ਜੈਸੇ ਇਹ ਘੜਾ ਜਾਂਦਾ ਹੈ, ਮਨ ਘੜੇ ਹੋਏ ਮਨ ਨੂੰ ਇੱਕ ਬੋਧ ਆਉਂਦਾ ਹੈ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ। ਇਸ ਦੇ ਅੰਦਰ ਬਿਰਹਾ ਜਾਗਦਾ ਹੈ ਔਰ ਬਿਰਹਾ ਇਸ ਨੂੰ ਤੜਪਾ ਕੇ ਰੱਖ ਦਿੰਦਾ ਹੈ, ਔਰ ਤੜਪ ਕੇ ਮਨੁੱਖ ਰੋ ਉੱਠਦਾ ਹੈ। ਕੋਈ ਵੀ ਪੀੜਾ ਜਦ ਮਨੁੱਖ ਨੂੰ ਤੜਪਾ ਦੇਵੇ, ਰੁਲਾ ਦਿੰਦੀ ਹੈ। ਰੋਇਆ ਤੇ ਅੱਜ ਤੱਕ ਮਨੁੱਖ ਬਹੁਤ ਹੈ। ਮੈਂ ਅਕਸਰ ਅਰਜ਼ ਕਰਦਾ ਹਾਂ, ਸੁਕਰਾਤ ਕਹਿੰਦੇ ਨੇ, ਸੱਤਾਂ ਸਮੁੰਦਰਾਂ ਵਿੱਚ ਇਤਨਾ ਪਾਣੀ ਨਹੀਂ ਹੈ ਜਿਤਨਾ ਪਾਣੀ ਮਨੁੱਖ ਦੀ ਅੱਖਾਂ 'ਚੋਂ ਨਿਕਲ ਚੁੱਕਿਆ ਹੈ ਅੱਜ ਤੱਕ। ਸੱਤਾਂ ਸਮੁੰਦਰਾਂ 'ਚ ਵੀ ਇਤਨਾ ਪਾਣੀ ਨਹੀਂ, ਇਤਨਾ ਪਾਣੀ ਮਨੁੱਖ ਆਪਣੀ ਅੱਖਾਂ ਦੇ ਰਾਹੀਂ ਡੋਲ ਚੁੱਕਿਆ ਅੱਜ ਤੱਕ। ਰੋਇਆ ਤੇ ਬਹੁਤ ਹੈ ਮਨੁੱਖ, ਸੰਸਾਰ ਨੇ ਤੜਪਾਇਆ, ਸੰਸਾਰ ਦਾ ਰੋਣਾ ਬਹੁਤ ਹੋਇਆ। ਇਸ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ। ਅਕਸਰ ਮੈਂ ਸਤਸੰਗੀਆਂ ਦੇ ਸਾਹਮਣੇ ਦੋ ਪੰਕਤੀਆਂ ਰੱਖਦਾ, ਮੈਂ ਰੋਵੰਦੀ ਵਡਹੰਸ ਮੱਲਾ, ਪਹਿਲਾ ਗੁਰੂ ਨਾਨਕ ਦੇਵ ਜੀ ਦੀ ਪੰਕਤੀ। ਮੈਂ ਰੋਵੰਦੀ ਸਭ ਜਗ ਰੋਨਾ, ਰੋਨੜੇ ਵਣੋ ਪਖੇਰੋ, ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਮੈਂ ਰੋਈ ਰਿਜ਼ਕ ਦੀ ਖਾਤਰ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਂਦਾ। ਮੈਂ ਰੋਈ ਪਰਿਵਾਰ ਵੀ ਵਿਛੋੜੀ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋ ਉੱਠਦੇ ਨੇ। ਮੈਂ ਰੋਈ ਰਿਜ਼ਕ ਦੇ ਵਿਛੋੜੀ, ਸਾਰਾ ਜਗਤ ਰੋਂਦਾ, ਪਸ਼ੂ ਪਕਸ਼ੀ ਤੱਕ ਰੋਟਦੇ ਨੇ, ਦਾਣਾ ਦੁਣਕਾ ਨਾ ਮਿਲੇ ਤੜਪ ਉੱਠਦੇ ਨੇ। ਮਹਿਰਜ ਕਰਾਂ, ਰੋਇਆ ਤੇ ਮਨੁੱਖ ਬਹੁਤ ਹੈ। ਮਹਾਰਾਜ ਕਹਿੰਦੇ ਨੇ, ਮੈਂ ਰੋਵੰਦੀ ਸਭ ਜਗ ਰੋਨਾ, ਕੋਈ ਦਰਦ ਕੋਈ ਵਿਛੋੜਾ ਤੜਪਾ ਕੇ ਰੁਲਾ ਦਿੰਦਾ, ਚਾਹੇ ਰਿਜ਼ਕ ਦਾ ਵਿਛੋੜਾ, ਚਾਹੇ ਮਿੱਤਰ ਦਾ ਵਿਛੋੜਾ, ਪਰਿਵਾਰ ਦਾ ਵਿਛੋੜਾ,
ਵਿਛੋੜਾ ਤੜਪਾ ਕੇ ਰੁਲਾ ਦਿੰਦਾ ਹੈ। ਪਰ ਦੂਜੀ ਪੰਕਤੀ 'ਚ ਕਮਾਲ ਕਰਦੇ ਨੇ ਗੁਰੂ ਨਾਨਕ, ਮੈਂ ਰੋਵੰਦੀ ਸਭ ਜਗ ਰੋਨਾ, ਰੋਨੜੇ ਵਣੋ ਪੰਖੇਰੂ, ਇੱਕ ਨਾ ਰੋਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਇਹ ਪਰਮਾਤਮਾ ਵਿਛੋੜਾ ਤੇ ਤੇਰਾ ਵੀ ਹੈ, ਨਾ ਤੇਰੇ ਵਿਛੋੜੇ ਨੇ ਤੜਪਾਇਆ ਨਾ ਰੁਲਾਇਆ। ਮਿਲਦੇ ਨੇ ਸਾਰੀ ਦੁਨੀਆ 'ਚ ਮੈਨੂੰ, ਰੋਣਾ ਰੋਂਦੇ ਨੇ, ਕਾਰੋਬਾਰ ਦਾ ਰੋਣਾ ਹੁੰਦਾ, ਕਿਧਰੇ ਪੁੱਤਰਾਂ ਦਾ ਰੋਣਾ, ਮਿੱਤਰਾਂ ਦਾ ਰੋਣਾ, ਪਰਿਵਾਰ ਦਾ ਰੋਣਾ। ਕਦੀ ਕਦਾਈ ਘੁੰਮਦਿਆਂ ਹੋਇਆਂ ਕੋਈ ਕਰੋੜਾਂ 'ਚ ਇੱਕ ਅੱਧ ਮਨੁੱਖ ਮਿਲਦਾ ਜਿਹਦੇ ਕੋਲ ਰੱਬ ਦਾ ਰੋਣਾ ਆਉਂਦਾ, ਜਿਹਦੇ ਕੋਲ ਪਰਮਾਤਮਾ ਦਾ ਰੋਣਾ ਆਉਂਦਾ। ਦੋ ਸ਼ਬਦ ਹੋਰ ਸੁਣ ਲੈਣਾ। ਕਿਸੇ ਤੀਰਥ ਦੇ ਜਲ ਦੇ ਨਾਲ ਗੁਨਾਹ ਨਹੀਂ ਧੁੱਲਦੇ, ਪਰਮਾਤਮਾ ਦੇ ਵਿਛੋੜੇ ਵਿੱਚ ਤੜਪਿਆ ਹੋਇਆ ਹਿਰਦਾ, ਉਹਦੇ ਵਿੱਚ ਨਿਕਲੇ ਹੋਏ ਦੋ ਹੰਝੂ ਜਨਮਾਂ ਜਨਮਾਂਤਰਾਂ ਦੇ ਗੁਨਾਹਾਂ ਨੂੰ ਧੋ ਦਿੰਦੇ, ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਧੋ ਦਿੰਦੇ। ਇਹਨੂੰ ਨੰਦ ਲਾਲ ਨੇ ਬੜੇ ਆਲਮਾਨਾ ਢੰਗ ਨਾਲ ਬਿਆਨ ਕੀਤਾ। ਦੋ ਚਸ਼ਮ ਮੰਨ ਕੇ ਦਰਿਆਏ, ਅਜ਼ੀਮ ਉਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾ ਵੀ ਏ, ਸਰ ਬਾਗ ਬਾਗ ਈ ਜਾ। ਅਗਾਂਹ ਚੱਲ ਕੇ ਕਹਿੰਦਾ, ਸ਼ਾਖੇ ਉਮੀਦ ਆਸ਼ਿਕ, ਹਰ ਗਿਸ ਸਮਰ ਨਗੀਰਦ, ਅਜ ਆਬ ਅਸ਼ਕੇ ਮੈਂ ਜਗਾਂ, ਤਾਂ ਸਬਜ਼ ਪਰ ਨਾ ਵਾਸ਼ਕ। ਇਹ ਪ੍ਰੇਮੀ ਤੂੰ ਉਮੀਦ ਦਾ ਬੂਟਾ ਲਾਇਆ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਨੰਦ ਲਾਲ, ਕਿਉਂ? ਜਦ ਮੈਂ ਆਸਾ ਕਰਕੇ ਪਾਠ ਕਰ ਰਿਹਾ ਰੱਬ ਮਿਲੇ, ਜਦ ਮੈਂ ਆਸਾ ਕਰਕੇ ਕਥਾ ਕੀਰਤਨ ਸੁਣ ਰਿਹਾ ਪ੍ਰਭੂ ਮਿਲੇ, ਜਦ ਮੈਂ ਉਮੀਦ ਕਰਕੇ ਤੀਰਥਾਂ 'ਤੇ ਜਾ ਰਿਹਾ, ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਪ੍ਰਭੂ ਮਿਲੇ, ਕਿਉਂ ਨਹੀਂ ਮਿਲੇਗਾ? ਸ਼ਾਖੇ ਉਮੀਦ ਆਸ਼ਿਕ, ਆਸ਼ਿਕ ਪ੍ਰੇਮੀ, ਤੂੰ ਉਮੀਦ ਦੀ ਸ਼ਾਖ ਲਾਈਏ, ਉਮੀਦ ਦਾ ਬੂਟਾ ਲਾਇਆ। ਬੂਟੇ ਨੂੰ ਪਰਸ਼ੀਨ ਵਿੱਚ ਸ਼ਾਖ ਕਹਿੰਦੇ। ਸ਼ਾਖੇ ਉਮੀਦ ਆਸ਼ਿਕ, ਹਰ ਗਿਸ ਸਮਰ ਨਾ ਗੀਰਤ, ਸਮਰ ਫਲ ਨੂੰ ਕਹਿੰਦੇ ਨੇ। ਇਹ ਫਲੀ ਬਹੁਤ ਨਹੀਂ ਹੋਵੇਗੀ, ਫਲ ਨਹੀਂ ਲੱਗਣ। ਕਿਉਂ? ਨੰਦ ਲਾਲ ਕਹਿੰਦੇ ਨੇ, ਤੂੰ ਉਮੀਦ ਦੇ ਬੂਟੇ ਨੂੰ ਸਿੰਚਿਆ ਤੇ ਹੈ ਹੀ ਨਹੀਂ, ਪਾਣੀ ਤੇ ਨਹੀਂ ਪਾਇਆ, ਬਿਨਾਂ ਸਿੰਚਿਆ ਇਹ ਬੂਟਾ ਫਲੀ ਬਹੁਤ ਨਹੀਂ ਆਉਂਦਾ। ਤੇ ਆਸਾ ਦੇ ਬੂਟੇ ਨੂੰ, ਉਮੀਦ ਦੇ ਬੂਟੇ ਨੂੰ ਕਿਹਦੇ ਨਾਲ ਸਿੰਚੀ? ਅਜ ਆਵੇ ਅਸ਼ਕੇ ਮੈਜਗਾਂ, ਤਾਂ ਸਬਰ ਸਰ ਨਾ ਬਾਸ਼ਦ। ਮੈਜਗਾਂ ਇਹਨਾਂ ਦੋ ਪੁਤਲੀਆਂ ਨੂੰ ਕਹਿੰਦੇ ਨੇ। ਇਹਨਾਂ ਦੋ ਪੁਤਲੀਆਂ ਦਾ ਪਾਣੀ ਤੇ ਤੂੰ ਉਮੀਦ ਦੇ ਬੂਟੇ 'ਚ ਪਾਇਆ ਹੀ ਨਹੀਂ, ਇਹ ਫਲ ਨਹੀਂ ਲੱਗਣ ਲੱਗੇ। ਰੋਇਆ ਹੋਵੇਗਾ ਤੂੰ ਪਰਿਵਾਰ ਦੇ ਵਿਛੋੜੇ 'ਚ, ਨਿਰੰਕਾਰ ਦੇ ਵਿਛੋੜੇ ਨੇ ਤੈਨੂੰ ਨਹੀਂ ਰੁਲਾਇਆ। ਰੋਇਆ ਹੋਵੇਗਾ ਤੂੰ ਪਦਾਰਥਾਂ ਦੇ ਵਿਛੋੜੇ 'ਚ, ਨੁਕਸਾਨ ਹੋ ਗਿਆ, ਰੋਂਦੇ ਹੋਏ ਮਿਲਦੇ। ਜ਼ਿੰਦਗੀ ਇਤਨੀ ਲੰਘ ਗਈ ਤੇ ਪਰਮਾਤਮਾ ਅਜੇ ਤੱਕ ਨਹੀਂ ਮਿਲਿਆ, ਇਤਨੇ ਸਵਾਸਾਂ ਦਾ ਨੁਕਸਾਨ ਹੋ ਗਿਆ, ਤੂੰ ਰੋਇਆ ਹੀ ਨਹੀਂ ਕਦੇ। ਸ਼ਾਖੇ ਉਮੀਦ ਆਸ਼ਿਕ, ਹਰ ਗਿਸ ਸੰਵਰ ਨਾ ਹੈਗੀ। ਸਤਿਗੁਰ ਕਹਿੰਦੇ ਨੇ, ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰੋਂ ਵਿਛੋੜੀ। ਹੇ ਪ੍ਰਭੂ, ਵਿਛੋੜਾ ਤੇ ਤੇਰਾ ਵੀ ਹੈ,
ਇਸਨੇ ਤੜਪਾਇਆ ਨਹੀਂ, ਰੁਲਾਇਆ ਹੀ ਨਹੀਂ। ਲੋਕਾਂ ਕੋਲ ਦੁੱਖ ਹੋਵੇਗਾ, ਤੜਪਣਾ ਹੋਵੇਗਾ, ਪਰਿਵਾਰ ਕਾਰੋਬਾਰੀ ਇਹੀ ਰੋਣੇ ਹੁੰਦੇ ਨੇ, ਉਰ ਕੀ ਲੋਕਾਂ ਕੋਲ ਕਿਧਰੇ ਕਿਦਾਈ, ਕਦੀ ਕਦਾਈ ਕੋਈ ਇੱਕ ਅੱਧ ਮਨੁੱਖ ਜਿਹਦੇ ਕੋਲ ਰੱਬੀ ਰੋਣਾ ਹੋਵੇ। ਰੱਬੀ ਰੋਣਾ ਮਨੁੱਖ ਦੇ ਮਨ ਨੂੰ ਹਲਕਾ ਕਰ ਦਿੰਦਾ ਹੈ, ਗੁਨਾਹਾਂ ਨੂੰ ਧੋ ਦਿੰਦਾ ਹੈ। ਐਸਾ ਮਨੁੱਖ ਫਿਰ ਪਹੁੰਚ ਜਾਂਦਾ ਹੈ ਕਰਮਖੰਡ ਵਿੱਚ, ਬਖਸ਼ਿਸ਼ ਦਾ ਪਾਤਰ ਹੋ ਜਾਂਦਾ ਹੈ, ਕਿਉਂਕਿ ਉਹਦਾ ਰੋਣਾ ਪਰਮਾਤਮਾ ਦੀ ਖਾਤਰ ਹੈ, ਪਦਾਰਥਾਂ ਦੀ ਖਾਤਰ ਨਹੀਂ। ਪਦਾਰਥਾਂ ਦੀ ਖਾਤਰ ਤਾਂ ਬਹੁਤ ਰੋ ਚੁੱਕੇ, ਜਨਮ ਤੋਂ ਮਨੁੱਖ ਰੋਂਦਾ ਹੈ ਦੁੱਧ ਦੀ ਖਾਤਰ, ਦੁੱਧ ਪਦਾਰਥ ਹੈ, ਰਿਜ਼ਕ ਹੈ, ਬੱਚਾ ਰੋਂਦਾ ਹੈ। ਫਿਰ ਸਾਰੀ ਜ਼ਿੰਦਗੀ ਪਦਾਰਥਾਂ ਦੇ ਹੀ ਰੋਣੇ ਨੇ, ਰਿਜ਼ਕ ਦੇ ਹੀ ਰੋਣੇ ਨੇ, ਹੋਰ ਕੀ ਹੈ। ਫਿਰ ਪਰਿਵਾਰ ਦੇ ਰੋਣੇ ਨੇ, ਲੋਕ ਇਹਨਾਂ ਹੀ ਰੋਣਿਆਂ ਨੂੰ ਰੋਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਏ ਲੋਕ ਜਦ ਕੋਈ ਸਮੱਸਿਆ ਰੱਖਦੇ ਨੇ, ਮੇਰੇ ਮੂੰਹ ਨਿਕਲ ਜਾਂਦਾ ਸੰਸਾਰੀ ਰੋਣਾ। ਕਈ ਕਹਿ ਦਿੰਦੇ ਨੇ, ਗਿਆਨੀ ਜੀ ਤੁਹਾਡਾ ਮਨ ਬੜਾ ਕਠੋਰ ਹੈ, ਅਸੀਂ ਇੰਨਾ ਦੁੱਖ ਤੁਹਾਨੂੰ ਬਿਆਨ ਪਏ ਕਰਦੇ ਹਾਂ। ਮੈਂ ਕਿ ਤੁਹਾਡਾ ਦੁੱਖ, ਮੈਂ ਵੀ ਦੁਖੀ ਹਾਂ, ਤੁਸੀਂ ਵੀ ਦੁਖੀ ਹੋ, ਅਤੇ ਆਪਣਾ ਦੁੱਖ ਉਹਨੂੰ ਸੁਣਾਓ ਜਿੱਥੇ ਦੁੱਖ ਹੈ ਹੀ ਨਹੀਂ। ਦੁੱਖ ਤਿਸੇ ਪੇ ਆਖੀਏ, ਸੁੱਖ ਜਿਸੇ ਹੀ ਪਾਸ। ਇੱਕ ਦੂਜੇ ਨੂੰ ਦੁੱਖ ਸੁਣਾਉਣ ਨਾਲ ਦੁੱਖ ਘਟਦੇ ਨੇ, ਇਸ ਚੱਕਰ 'ਚ ਨਾ ਪੈਣਾ। ਕੋਈ ਕਿਸੇ ਦੇ ਦੁੱਖ ਨਹੀਂ ਲੈਂਦਾ, ਇਸ ਚੱਕਰ 'ਚ ਨਾ ਪੈਣਾ, ਔਰ ਕੋਈ ਕਿਸੇ ਦੇ ਦੁੱਖ ਲੈ ਵੀ ਨਹੀਂ ਸਕਦਾ। ਮਨੁੱਖ ਆਸਾ ਰੱਖਦਾ ਹੈ, ਉਹ ਮੋਤੇ ਸੁਖ ਚਾਹਤ ਹੈ, ਹਮ ਉਹਤੇ ਸੁਖ ਚਾਹਤ ਹੈ। ਤੁਲਸੀ ਕਹਿੰਦੇ ਨੇ, ਮੈਂ ਉਸ ਤੋਂ ਸੁੱਖ ਚਾਹੁੰਦਾ, ਉਹ ਮੇਥੋਂ ਸੁੱਖ ਚਾਹੁੰਦਾ। ਉਹ ਮੋਤੇ ਸੁਖ ਚਾਹਤ ਹੈ, ਹਮ ਉਹਤੇ ਸੁਖ ਚਾਹਤ ਹੈ। ਦੁੱਖ ਕੋਈ ਕਿਸੇ ਕੋਲ ਨਹੀਂ ਲੈਂਦਾ, ਦੁੱਖ ਦਾ ਸਾਥੀ ਵੀ ਕੋਈ ਨਹੀਂ ਬਣਦਾ। ਸਿਆ ਬਖਤੀ ਮੈਂ ਕਬ ਕੋਈ ਕਿਸੀ ਕਾ ਸਾਥ ਦੇਤਾ ਹੈ, ਕਿ ਤਾਰੀ ਕੀ ਮੈਂ ਸਾਇਆ ਵੀ ਜੁਦਾ ਇਨਸਾਨ ਸੇ ਰਹਿ। ਅੰਧੇਰੇ ਤੇ ਆਪਣਾ ਸਾਇਆ ਵੀ ਸਾਥ ਛੱਡ ਦਿੰਦਾ ਹੈ। ਸਿਆਣੇ ਮਨੁੱਖ ਆਪਣਾ ਦੁੱਖ ਪਰਮਾਤਮਾ ਦੇ ਅੱਗੋਂ ਰੋਂਦੇ, ਕਿਉਂਕਿ ਉਹਦੇ ਕੋਲ ਦੁੱਖ ਨਹੀਂ ਹੈ, ਸਿਰਫ ਉਹੀ ਦੁੱਖ ਲੈ ਸਕਦਾ ਹੈ ਸੰਸਾਰ ਵਿੱਚ ਪਰਮਾਤਮਾ, ਬਾਕੀ ਕੋਈ ਦੁੱਖ ਨਹੀਂ ਲੈ ਸਕਦੇ। ਜਿਹੜੇ ਲੈ ਹੀ ਨਹੀਂ ਸਕਦੇ, ਲੋਕ ਉਹਨਾਂ ਦੇ ਅੱਗੋਂ ਰੋਂਦੇ ਨੇ, ਆਪਣਾ ਦੁੱਖ ਸੁਣਾਉਂਦੇ ਨੇ। ਔਰ ਉਹ ਕਈ ਦਫ਼ਾ ਐਸਾ ਹੁੰਦਾ, ਇਸ ਨੇ ਇੱਕ ਦੁੱਖ ਸੁਣਾਇਆ ਹੁੰਦਾ, ਉਹ ਆਪਣੇ 10 ਦੁੱਖ ਸੁਣਾ ਕੇ ਭਾਰ ਹੋਰ ਵਧਾ ਦਿੰਦੇ ਨੇ। ਪਹਿਲਾਂ ਹੀ ਭਾਰ ਹੁੰਦਾ, ਬਗੌਰ ਮੁਤਾਲਾ ਕਰਨਾ। ਇਸ ਵਾਸਤੇ ਸਿਆਣੇ ਮਨੁੱਖ ਆਪਣਾ ਦੁੱਖ ਕਤਈ ਕਿਸੇ ਦੇ ਅੱਗੋਂ ਨਹੀਂ ਰੱਖਦੇ। ਇਹਦੇ ਉੱਤੇ ਉਸਤਾਦ ਜ਼ੌਕ ਨੇ ਇੱਕ ਬੜਾ ਕੀਮਤੀ ਬੋਲ ਆਖਿਆ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਪਰ ਇਹ ਨਾ ਸਮਝ ਕਿ ਇਹ ਗਮ ਕਾ ਮਾਰਾ ਨਹੀਂ ਹੈ, ਡੂਬਨੇ ਕੋ ਤੋ ਡੂਬੇ ਹਮ ਵੀ ਲੇਕਿਨ ਅਹਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਡੁੱਬਿਆ ਮੈਂ ਵੀ ਹਾਂ, ਉੱਥੇ ਮੈਂ ਵੀ ਖਾਦੇ ਨੇ, ਪਰ ਮੈਂ ਇਸ ਤਰ੍ਹਾਂ ਚੀਖਿਆ ਚਿਲਾਇਆ ਨਹੀਂ, ਮੈਂ ਜੀ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਐਸਾ ਰੋਇਆ ਚਿਲਾਇਆ ਨਹੀਂ, ਕਿਉਂਕਿ ਸਾਰੇ ਹੀ ਡੁੱਬਦੇ ਪਏ ਨੇ, ਸਾਰੇ ਹੀ ਰੋ ਰਹੇ ਨੇ।
ਰੋਂਦਿਆਂ ਦੇ ਅੱਗੋਂ ਕੀ ਰੋਣਾ ਰੱਖਣਾ ਤੂੰ ਮੁਕਤਸਰ, ਮੈਂ ਅਰਜ਼ ਕਰਾਂ। ਐਸਾ ਮਨੁੱਖ ਕਰਮ ਖੰਡ ਵਿੱਚ ਪਹੁੰਚ ਜਾਂਦਾ ਬਖਸ਼ਿਸ਼ ਦੇ ਖੰਡ ਵਿੱਚ। ਕਰਮ ਖੰਡ ਕੀ ਬਾਣੀ ਜੋਹਰੇ ਬਣਤਰ ਬੜੀ ਜ਼ੋਰਾਂ ਵਾਲੀ ਹੈ, ਉਹਦੇ ਬੋਲਾਂ 'ਚ ਸਤਿਆ ਆ ਜਾਂਦੀ ਹੈ, ਉਹਦੇ ਹੱਥਾਂ 'ਚ ਬਰਕਤ ਆ ਜਾਂਦੀ ਹੈ, ਉਹਦੇ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ। ਚਲੋ ਮੈਂ ਦੋ ਬੋਲ ਗੁਰੂ ਅਰਜਨ ਦੇਵ ਜੀ ਦੇ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਮੇਰੇ ਹੱਥ ਪਦਮ ਪੁਨੇ ਚੰਦ ਮੱਲਾ ਪੰਜਵਾਂ, ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਮੇਰੇ ਹੱਥ ਦੇ 'ਚ ਪਦਮ ਬਣ ਗਏ। ਪਦਮ ਦੀ ਰੇਖਾ, ਪਦਮ ਕਮਲ ਨੂੰ ਕਹਿੰਦੇ ਨੇ। ਕਮਲ ਦੇ ਬਹੁਤ ਸਾਰੇ ਨਾਮ ਨੇ, ਕਮਲ ਨੂੰ ਸੌਰਭ ਕਹਿੰਦੇ ਨੇ, ਕਮਲ ਨੂੰ ਕੰਜ ਕਹਿੰਦੇ ਨੇ, ਕਮਲ ਨੂੰ ਬਾਰਜ ਕਹਿੰਦੇ ਨੇ, ਕਮਲ ਨੂੰ ਪਦਮ ਕਹਿੰਦੇ ਨੇ, ਕਮਲ ਨੂੰ ਸਾਰੰਗ ਵੀ ਕਹਿੰਦੇ ਨੇ। ਮੈਂ 17-18 ਨਾਮ ਸ਼ਬਦ ਕੋਸ਼ ਦੇ 'ਚ ਪੜ੍ਹੇ ਨੇ ਇਸ ਇੱਕ ਫੁੱਲ ਦੇ। ਇਹ ਧਰਮ ਦਾ ਪ੍ਰਤੀਕ ਹੈ। ਕਹਿੰਦੇ ਨੇ ਹੱਥ ਦੇ 'ਚ ਮੇਰੇ ਪਦਮ ਬਣ ਗਏ। ਇਤਿਹਾਸ ਦੇ 'ਚ ਐਸਾ ਨਹੀਂ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਦੇ ਦੈਨੇ ਹੱਥ ਦੇ 'ਚ ਪਦਮ ਸੀ, ਐਸਾ ਨਹੀਂ ਲਿਖਿਆ। ਇਹ ਬਿਰਗੂ ਪੰਡਿਤ ਬਿਰਗੂ ਰਿਸ਼ੀ ਜੋ ਬਹੁਤ ਹਜ਼ਾਰਾਂ ਸਾਲ ਪਹਿਲੇ ਬਹੁਤ ਵੱਡਾ ਇੱਕ ਸਾਇੰਟਿਸਟ ਹੋਇਆ ਜਿਹਨੇ ਗ੍ਰਹਿ ਨਛੱਤਰਾਂ ਦਾ ਅਧਿਐਨ ਕੀਤਾ, ਰਿਸ਼ੀ ਸੀ, ਆਤਮ ਸਾਧਨਾ ਵੀ ਕੀਤੀ, ਉਸਨੇ ਇਹ ਖਿਆਲ ਦਿੱਤਾ ਹੈ ਜੋ ਪਰਮ ਪੁਰਖ ਹੈ, ਪਹੁੰਚਿਆ ਹੋਇਆ ਪੁਰਖ ਹੈ, ਉਹਦੇ ਪੈਰਾਂ ਦੇ 'ਚ ਜਾਂ ਹੱਥਾਂ ਦੇ 'ਚ ਪਦਮ ਹੋਵੇਗਾ। ਕੁਛ ਇਤਿਹਾਸ ਦੀ ਸੱਚਾਈ ਵੀ ਮਿਲਦੀ ਹੈ। ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਪਦਮ ਸੀ। ਭਾਈ ਗੁਰਦਾਸ ਵੀ ਲਿਖਦੇ ਨੇ, ਚਰਨ ਕਮਲ ਵਿੱਚ ਪਦਮ ਹੈ, ਜਿਲ ਮਿਲ ਜਮ ਕੇ ਵਾਂਗੂ ਤਾਰੇ, ਜਾਇ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ। ਪ੍ਰਭਾਸ ਅਦਰ ਗੁਜਰਾਤ ਸਮੁੰਦਰ ਦੇ ਤਟ, ਸੋਮਨਾਥ ਮੰਦਿਰ ਦੇ ਨੇੜੇ ਸ੍ਰੀ ਕ੍ਰਿਸ਼ਨ ਉਸ ਤੀਰਥ 'ਤੇ ਤਟ 'ਤੇ ਪੈਰ ਦੇ ਉੱਤੇ ਪੈਰ ਰੱਖ ਕੇ ਗੋਡੇ 'ਤੇ ਪੈਰ ਪਸਾਰ ਕੇ ਜੰਗਲ ਦੇ 'ਚ ਦਰਖਤ ਦੇ ਥੱਲੇ ਲੇਟ ਗਏ। ਸਾਹਮਣੇ ਸਮੁੰਦਰ ਹੈ। ਜਾਏ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਪਰ ਚਰਨ ਕਮਲ ਵਿੱਚ ਪਦਮ ਹੈ, ਚਿਲ ਮਿਲ ਜਮ ਕੇ ਵਾਂਗੂ ਉਤਾਰੇ। ਚਰਨਾਂ 'ਚ ਪਦਮ ਹੈ, ਚਮਕਦਾ ਹੈ। ਬੱਧਕ ਆਇਆ ਭਾਲਦਾ ਮਿਰਗੇ ਜਾਣ ਬਾਣ ਲੈ, ਸ਼ਿਕਾਰੀ ਆਇਆ ਉਹਨੇ ਪਦਮ ਵੇਖਿਆ ਅਤੇ ਇੰਝ ਲੱਗੇ ਹਲਕੇ ਜਿਹਾ ਅੰਧੇਰੇ 'ਚ ਵੀ ਹਿਰਨ ਦੀ ਅੱਖ ਹੈ। ਉਹਨੇ ਖਿੱਚ ਕੇ ਤੀਰ ਮਾਰਿਆ, ਇਸੇ ਤੀਰ ਦੇ ਨਾਲ ਹੀ ਸ੍ਰੀ ਕ੍ਰਿਸ਼ਨ ਜੀ ਦਾ ਸਰੀਰ ਸ਼ਾਂਤ ਹੋਇਆ। ਚਰਨਾਂ 'ਚ ਪਦਮ ਸੀ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਪਦਮ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਹਰੀਦੁਆਰ ਗੰਗਾ ਦੇ ਤੱਟ 'ਤੇ ਧੁੱਪ ਦੇ 'ਚ ਬੈਠੇ ਨੇ, ਰੇਤ 'ਤੇ ਇਸ਼ਨਾਨ ਕਰਨ ਤੋਂ ਬਾਅਦ। ਵਿਦਵਾਨ ਬ੍ਰਾਹਮਣ ਲੰਘਿਆ ਜਾ ਰਿਹਾ ਸੀ, ਉਹਦੀ ਨਿਗਾਹ ਚਰਨਾਂ 'ਤੇ ਪੈ ਗਈ, ਉਹਨੇ ਡੰਡੌਤ ਕੀਤੀ। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਤੂੰ ਬ੍ਰਾਹਮਣ ਹੈ, ਸਾਰੇ ਤੇਰੀ ਪੂਜਾ ਕਰਦੇ ਨੇ, ਤੂੰ ਮੈਨੂੰ ਡੰਡੌਤ ਕਿਉਂ ਕੀਤੀ ਹੈ, ਮੈਨੂੰ ਕਿਉਂ ਮੱਥਾ ਟੇਕਿਆ, ਪਾਪ ਚਾੜਿਆ। ਬ੍ਰਾਹਮਣ ਕਹਿਣ ਲੱਗਾ, ਤੁਹਾਨੂੰ ਮੱਥਾ ਨਹੀਂ ਟੇਕਿਆ, ਪਦਮ ਨੂੰ ਮੱਥਾ ਟੇਕਿਆ ਜੋ ਤੁਹਾਡੇ ਚਰਨਾਂ 'ਚ, ਉਹਨੂੰ ਮੱਥਾ ਟੇਕਿਆ।
ਤੁਹਾਡੇ ਚਰਨਾਂ 'ਚ। ਇਹ ਇਤਿਹਾਸਿਕ ਪ੍ਰਸੰਗ ਹੈ, ਸਤਿਗੁਰ ਦੇ ਚਰਨਾਂ 'ਚ ਪਦਮ ਸੀ, ਗੁਰੂ ਨਾਨਕ ਦੇ ਚਰਨਾਂ 'ਚ ਪਦਮ ਸੀ। ਪਰ ਇਹ ਜ਼ਰੂਰੀ ਨਹੀਂ, ਕਿਧਰੇ ਲਿਖਿਆ ਨਹੀਂ ਮਿਲਦਾ ਕਿ ਸਾਰੇ ਅਵਤਾਰਾਂ ਦੇ ਚਰਨਾਂ 'ਚ ਪਦਮ ਸੀ ਜਾਂ ਹੱਥ ਦੇ 'ਚ ਪਦਮ ਸੀ। ਇਹ ਠੀਕ ਹੈ, ਰੇਖਾ ਰੋਜ਼ ਬਦਲਦੀਆਂ ਨੇ, ਕਰਮਾਂ ਅਨੁਸਾਰ ਬਦਲਦੀਆਂ ਨੇ। ਰੇਖਾ ਦੇ ਮੁਤਾਬਕ ਸਾਡਾ ਫੈਸਲਾ ਨਹੀਂ ਆਉਂਦਾ, ਕਰਮਾਂ ਦੇ ਮੁਤਾਬਕ। ਰੇਖਾ ਕਰਕੇ ਸਾਡੀ ਪ੍ਰਾਲਬਧ ਨਹੀਂ ਬਣਦੀ, ਕਰਮਾਂ ਕਰਕੇ ਸਾਡੀਆਂ ਰੇਖਾਂ ਬਣਦੀਆਂ ਨੇ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਇਸ ਵਾਸਤੇ ਫਲਿਤ ਜੋਤਿਸ਼ ਤੋਂ ਗੁਰੂ ਨਾਨਕ ਨੇ ਇਨਕਾਰ ਕਰ ਦਿੱਤਾ, ਕਹਿੰਦੇ ਇਸ ਚੱਕਰ 'ਚ ਨਾ ਪਾਓ। ਕਰਮ ਦੇ ਮੁਤਾਬਕ ਰੇਖਾ ਰੋਜ਼ ਬਦਲਦੀ ਹੈ, ਰੋਜ਼ ਬਦਲਦੀ ਹੈ। ਅਤੇ ਜਦ ਰੋਜ਼ ਹੀ ਬਦਲਦੀ, ਇਹਦੇ 'ਚ ਰੋਜ਼ ਫਰਕ ਪੈਂਦਾ ਹੈ। ਬੁਰੇ ਕਰਮ ਕਰਦੇ ਜਾਈਏ, ਰੇਖਾ ਕੁਝ ਹੋਰ ਹੋ ਜਾਂਦੀ ਹੈ, ਸ਼ੁਭ ਕਰੀਏ ਕੁਝ ਹੋਰ ਹੋ ਜਾਂਦੀ ਹੈ। ਤਾਂ ਨਿਸ਼ਚਿਤ ਪ੍ਰਾਲਬਧ ਕੁਛ ਵੀ ਨਹੀਂ ਹੈ। ਇਸ ਵਾਸਤੇ ਆਪਣੇ ਕਰਮਾਂ ਦਾ ਸੁਧਾਰ ਕਰੋ, ਕਰਮਾਂ ਦੇ ਪ੍ਰਤੀ ਸੁਚੇਤ ਹੋਵੋ। ਮਹਾਤਮਾ ਬੁੱਧ ਨੇ ਤਾਂ ਉੱਚੀ ਆਵਾਜ਼ ਨਾਲ ਕਹਿ ਦਿੱਤਾ, ਕਰਮ ਹੀ ਭਗਵਾਨ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ ਆਖਿਆ। ਕਰਮ ਹੀ ਭਗਵਾਨ ਹੈ, ਅਤੇ ਜੇ ਭਗਵਾਨ ਨੇ ਫੈਸਲਾ ਕਰਮਾਂ ਦੇ ਮੁਤਾਬਕ ਕਰਨਾ ਹੈ, ਅਤੇ ਉਸਨੇ ਮਨੁੱਖ ਜਾਤੀ ਨੂੰ ਉਪਦੇਸ਼ ਕੀਤਾ ਵੀ ਕਰਮਾਂ ਦੀ ਚਿੰਤਾ ਕਰੋ, ਰੱਬ ਦੀ ਚਿੰਤਾ ਛੋੜੋ। ਕਿਉਂਕਿ ਜਿਹੜਾ ਰੱਬ ਹੈ ਨਾ, ਉਹ ਵੀ ਸਾਡੇ ਕਰਮ ਦੇਖਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਦ ਮਨੁੱਖ ਧਾਰਮਿਕ ਸਾਧਨਾ ਕਰਦਿਆਂ ਕਰਦਿਆਂ ਆਪਣੇ ਮਨ ਨੂੰ ਗੜ ਕੇ ਕਰਮ ਖੰਡ ਦੇ 'ਚ ਪਹੁੰਚਦਾ ਹੈ, ਸਾਹਿਬ ਕਹਿੰਦੇ ਨੇ ਬਣਤਰ ਬੜੀ ਜ਼ੋਰ ਵਾਲੀ ਹੈ, ਉਹਦੇ ਬੋਲਾਂ 'ਚ ਬਰਕਤ ਆ ਜਾਂਦੀ ਹੈ, ਉਹਦੇ ਕਦਮਾਂ 'ਚ ਕ੍ਰਾਂਤੀ ਆ ਜਾਂਦੀ ਹੈ, ਉਹਦੇ ਹੱਥਾਂ 'ਚ ਬਰਕਤ ਆ ਜਾਂਦੀ ਹੈ। ਤੋ ਕਿਆ ਹੱਥ ਬੇਬਰਕਤੀ ਵੀ ਆਉਂਦੇ ਨੇ? ਗੁਰੂ ਅਰਜਨ ਦੇਵ ਜੀ ਦੱਸਦੇ ਨੇ, ਬੇਬਰਕਤ ਵੀ ਹੱਥ ਆਉਂਦੇ ਨੇ ਜੇ ਉਹ ਕੰਚਨ ਨੂੰ ਹੱਥ ਲਾਵੇ, ਖੇਹੂ ਸੇ ਤੀਰ ਲਗੇ। ਸੋਨੇ ਨੂੰ ਹੱਥ ਪਾਉਂਦਾ ਮਿੱਟੀ ਹੋ ਜਾਂਦਾ, ਬਰਕਤਾਂ ਵਾਲਾ ਹੱਥ ਮਿੱਟੀ ਨੂੰ ਹੱਥ ਪਾਉਂਦਾ ਸੋਨਾ ਹੋ ਜਾਂਦਾ। ਜਿਨ੍ਹਾਂ ਦੇ ਹੱਥਾਂ 'ਚ ਇਸ ਤਰ੍ਹਾਂ ਦੀ ਬਰਕਤ ਆਉਂਦੀ ਸੀ, ਪ੍ਰਾਚੀਨ ਜ਼ਮਾਨੇ 'ਚ ਕਹਿੰਦੇ ਸਨ, ਮੰਦਰ ਦੀ ਬੁਨਿਆਦ ਉਸਦੇ ਹੱਥੋਂ ਰਖਾਣੀ, ਮਕਾਨ ਦੀ ਬੁਨਿਆਦ ਉਸਦੇ ਹੱਥੋਂ ਕਰਾਂ, ਕੋਈ ਉਦਘਾਟਨ ਸਮਾਰੋਹ ਉਸਦੇ ਹੱਥੋਂ ਕਰਾਉਣਾ। ਬੇਬਰਕਤੇ ਹੱਥ ਉਦਘਾਟਨ ਕਰਦੇ ਨੇ ਕਿਸੇ ਪੁਲ ਦਾ, ਕਿਸੇ ਸੜਕ ਦਾ, ਤੋ ਕਾਗਜ਼ਾਂ ਦੇ ਉੱਤੇ ਸੜਕ ਬਣ ਜਾਂਦੀ ਹੈ, ਜ਼ਮੀਨ ਦੇ ਉੱਤੇ ਬਣਦੀ ਕੋਈ ਨਹੀਂ। ਬੇਬਰਕਤੀ ਹੱਥ ਤਾਂ ਅਮੀਰ ਹੀ ਨਹੀਂ ਹੁੰਦਾ। ਤਾਂ ਮੈਂ ਅਰਜ਼ ਕਰਾਂ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੇਰੇ ਹੱਥ ਪਦਮ, ਮੇਰੇ ਹੱਥ ਦੇ 'ਚ ਪਦਮ ਬਣ ਗਏ, ਬਰਕਤ ਆ ਗਈ ਹੈ। ਮੇਰੇ ਹੱਥ ਪਦਮ ਆਂਗਨ ਸੁਖ ਵਾਸਨਾ, ਸਖੀ ਮੇਰੋ ਕੰਠ ਰਤਨ ਪੇਖ ਦੁੱਖ ਨਾਸਨਾ। ਹੱਥ ਦੇ 'ਚ ਪਦਮ ਕਿਸ ਤਰ੍ਹਾਂ ਬਣ ਗਿਆ? ਕੰਠ ਦੇ 'ਚ ਪਰਮਾਤਮਾ ਦਾ ਨਾਮ ਵਸਿਆ, ਹੱਥ ਦੇ 'ਚ ਪਦਮ ਬਣ ਗਏ। ਇਸ ਨੂੰ ਭੱਟ ਬਿਆਨ ਕਰਦੇ ਨੇ, ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਆਇਆ, ਬਾਰਜ ਕਰ ਦਾਹਣੇ, ਬਾਰਜ ਕਮਲ ਨੂੰ ਕਹਿੰਦੇ ਨੇ, ਪਦਮ ਨੂੰ ਕਹਿੰਦੇ ਨੇ। ਇਹ ਗੁਰੂ ਅਮਰਦਾਸ, ਤੁਹਾਡਾ ਜਿਹੜਾ ਦਹਿਣਾ ਹੱਥ ਹੈ ਉਹਦੇ 'ਚ ਪਦਮ ਹੈ। ਹੁਣ ਇਤਿਹਾਸ ਦੇ ਉੱਤੇ ਇਹ ਲਿਖਿਆ, ਚਰਨਾਂ 'ਚ ਸੀ, ਹੱਥ ਦੇ 'ਚ ਨਹੀਂ ਸੀ। ਕਿਸੇ ਦੇ ਹੱਥ 'ਚ ਆਉਂਦਾ, ਕਿਸੇ ਦੇ ਪੈਰਾਂ 'ਚ ਆਉਂਦਾ। ਇਤਿਹਾਸ ਦੇ 'ਚ ਇਹ ਹੈ, ਚਰਨਾਂ 'ਚ ਪਦਮ ਦੇਖ ਕੇ ਬ੍ਰਾਹਮਣ ਨੇ ਮੱਥਾ ਟੇਕਿਆ ਸੀ।
ਪਰ ਇੱਥੇ ਭੱਟ ਕਹਿੰਦੇ ਨੇ ਸੱਜੇ ਹੱਥ 'ਚ ਜੋ ਚਰਨਾਂ ਦੇ 'ਚ ਪਦਮ ਦੇਖਿਆ ਗਿਆ ਉਹ ਪਦਮ ਹੈ ਜਿਸ ਦਾ ਜ਼ਿਕਰ ਬਿਰਕੂ ਰਿਸ਼ੀ ਕਰਦਾ ਹੈ। ਜੋ ਹੱਥ ਦੇ 'ਚ ਪਦਮ ਹੈ ਭੱਟ ਜੋ ਕਹਿ ਰਹੇ ਨੇ ਉਹ ਪਦਮ ਹੈ ਜਿਹਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਪੁਨੇ ਛੰਦ ਦੇ 'ਚ ਕਰਦੇ ਨੇ। ਜਦ ਕੰਠ ਦੇ 'ਚ ਪਰਮਾਤਮਾ ਵਸ ਜਾਂਦਾ ਹੈ ਮਨੋ ਕਰਮ ਖੰਡ ਦੇ 'ਚ ਪਹੁੰਚ ਜਾਂਦਾ, ਹੱਥਾਂ 'ਚ ਬਰਕਤ ਆ ਜਾਂਦੀ, ਕਦਮਾਂ 'ਚ ਕ੍ਰਾਂਤੀ ਆ ਜਾਂਦੀ ਹੈ, ਬੋਲਾਂ 'ਚ ਸਤਿਆ ਆ ਜਾਂਦੀ ਹੈ। ਕਿਉਂ? ਉਹ ਵਾਹਿਗੁਰੂ ਵਾਹਿਗੁਰੂ ਆਖਦਾ ਅਤੇ ਰਸ ਨਾਲ ਭਰ ਜਾਂਦਾ, ਵਾਹਿਗੁਰੂ ਉਸਦੀ ਰਸਨਾ 'ਤੇ ਆਉਂਦਾ, ਪਰਮਾਤਮਾ ਉਹਦੀ ਰਸਨਾ 'ਤੇ ਆਉਂਦਾ। ਅਤੇ ਜਦ ਪਰਮਾਤਮਾ ਰਸਨਾ 'ਤੇ ਬੈਠਾ ਹੈ ਤਾਂ ਰਸਨਾ ਦੇ ਉੱਤੇ ਬੋਲਿਆ ਹੋਇਆ ਬੋਲ ਖਾਲੀ ਨਹੀਂ ਜਾਂਦਾ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਕਰਮ ਖੰਡ ਦੇ 'ਚ ਪਹੁੰਚ ਕੇ ਬਰਕਤਾਂ ਦਾ ਮਾਲਕ ਹੋ ਜਾਂਦਾ। ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ, ਨੌ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਲੇਕਿਨ ਅਜੇ ਬੂੰਦ ਅਨੰਤ ਬੂੰਦਾਂ ਨੂੰ ਪ੍ਰਾਪਤ ਕਰਕੇ ਵੱਡੀ ਨਦੀ 'ਤੇ ਬਣ ਗਈ ਹੈ, ਪਰ ਸਾਗਰ ਦੀ ਲੀਨਤਾ ਨਹੀਂ। ਨਦੀ 'ਤੇ ਬਹੁਤ ਵੱਡੀ ਹੋ ਗਈ। ਨਦੀ ਕੀ ਹੈ? ਕਰੋੜਾਂ ਅਰਬਾਂ ਖਰਬਾਂ ਬੂੰਦਾਂ ਦਾ ਮਿਸ਼ਰਤ ਹੈ। ਔਰ ਕੀ ਹੈ? ਇਕੱਲੀ ਬੂੰਦ ਸਾਗਰ ਤੱਕ ਨਹੀਂ ਜਾ ਸਕਦੀ। ਇੱਕ ਬੂੰਦ ਨੂੰ ਜ਼ਮੀਨ 'ਤੇ ਵਗਣਾ ਹੈ ਅਤੇ ਸਮੁੰਦਰ ਤੱਕ ਪਹੁੰਚਣਾ ਹੈ, ਅਰਬਾਂ ਖਰਬਾਂ ਬੂੰਦਾਂ ਦਾ ਸਹਾਰਾ ਲੈਣਾ। ਇਕੱਲਾ ਮਨੁੱਖ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ, ਲੈਣਾ ਪਏਗਾ ਸਹਾਰਾ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ, ਭਗਤ ਕਬੀਰ ਦਾ, ਨਾਮਦੇਵ ਦਾ, ਸੰਸਾਰ ਦੇ ਸਾਰੇ ਸੰਤ ਮਹਾਂਪੁਰਸ਼ ਅਤੇ ਅਵਤਾਰਾਂ ਦਾ ਸਹਾਰਾ ਲੈਣਾ ਹੀ ਪਏਗਾ। ਉਸ ਤੋਂ ਬਿਨਾਂ ਖੇਡ ਨਹੀਂ ਬਣੇ।